बसाखी दे शुभ दिहाड़े ते साडे मानयोग जेलर साहब थोड़े सारयां दे सामने एक रंगारंग प्रोग्राम पेश करनगे। ओए मैं अरेंज करना स्टेज ते आप लुड़ियां नहीं पाउणियां। नाले रंगारंग दा की मतलब वा? इत्थे सनी लियोन ने आउण, रंजीत बाबा ने कौना रंगारंग दी बजाय सभ्याचारक कहना सी, अनाउंसमेंट भी नहीं करनी आउंदी। सर आप ही कर लो फिर। चल पिछे हट। बादल सिंह जी सर, बैसाखी फंक्शन दी तैयारियां मुकम्मल हो गईयां कि नहीं? सर लगभग हो गईयां, डीडीटी छिड़कती है। डीडीटी छिड़कण नूं इत्थे मच्छरां ने आउणा, एमएलए ने आउणा, होर कड़े कड़े काम रह गए? सर एमएलए साहब ने थोनू सम्मानित जदों करना है तो उपरों फुल बरसाने है, बस ओहदा गुब्बारा लाणा रह गया। ओ मैं लाउणा? लाना तो मैं ही। फिर हुण तक लाया क्यों नहीं? सर किते धुप च पहले ही ना फड़ जाए, फिर दोबारा लाना पै जाना है। आ तां साली मेरी इज्जत, मेरी खातर 2 रुपए का गुबारा नहीं दोबारा ला सकते। मेरे मरण तो बाद 21 तोपां की सलामी स्वाद पाओगे? सर वो गल नहीं है, गुबारे दे विच फुल भी है, वो खिण जाने है। मैं कैदी इहनूं कहिंदा चंगा लगेगा भाई, जेलर साहब दे फुल चुको भाई। ओए शट अप। वैसे तो मैनूं पता मेरे कैदी मैनूं बहुत प्यार करदे आ, पर फिर भी मेरे वल्लों उहनां नूं इक वारी जरूर समझा दिओ कि जदों जेलर साहब नूं सन्मानित करन ताड़ियां थोड़ियां जिहियां खुल के वजाउण। सर मैं हुणी जाके कह दिंदा। सर गाल पा दिंदा जिहड़ा ताड़ी ना वजावे। हां पुलिस दे डरना दी भी कोई चीज हुंदी है, कदे ओ ना पायो, जदों पायो गाल ही पायो, दफा हो जाओ इत्थों। सर जय हिंद सर। जय हिंद सर। मैं सारे कैदियां नूं ताड़ियां बजाण वास्ते कहा है तुहाडे सन्मान च। ओ ताड़ियां हुण सन्मान च नहीं वजणियां, हुण अपमान च वजणगियां। सर ताड़ियां वजणियां चाहीदियां चाहे सन्मान च वजण चाहे अपमान नाल की मतलब? सर रब दा वास्ता जुबान मार। जनाब जरनैल ते तरसेम लगदा जेल चो तितर हो गए। ओए लगदा नहीं, है पक्की खबर है, वो सच्ची रफू चक्कर हो गए। नहीं सर कैदी नहीं पछ सकते, इन्नी तां करड़ी निगरानी है। ओ टट्टू दी करड़ी निगरानी है? ਗੁਆਂਢ ਚ ਕੰਢ ਤੇ ਜੇ ਕੋਈ ਕੈਲੰਡਰ ਟੰਗਲ ਲਈ ਮੇਖ ਵੀ ਕਰਦਾ ਸੀ ਉਹਦਾ ਸਿਰ ਪੜਨ ਤੱਕ ਜਾਂਦਾ। ਓਏ ਹੌਲੀ, ਆਵਾਜ਼ਾਂ ਆਉਂਦੀਆਂ ਨੇ, ਸਾਲੇ ਤੁਹਾਡੇ ਨੱਕ ਥੱਲੇ ਦੀ ਐਡੀ ਸੁਰਗ ਪਾੜ ਕੇ ਆਓਗੇ ਆਓਗੇ, ਤੁਹਾਡੇ ਕੰਨ ਤੇ ਇੱਕ ਜੂੰ ਤੱਕ ਨਹੀਂ ਸਰਕੀ। ਜੇਲ੍ਹ ਚ ਸੁਰਗ ਪੱਟ ਲਈ ਤੇ ਹੋਰ ਤੇਰੇ ਘਰੇ ਪੱਟ ਕੇ ਕੀ ਕਰਨੀ ਸੀ? ਕਮਾਲ ਹੈ ਸਰ ਜੀ, ਆਪਾਂ ਨੂੰ ਪਤਾ ਹੀ ਨਹੀਂ ਚੱਲਿਆ। ਨਹੀਂ ਨਹੀਂ ਸਰ, ਮੈਨੂੰ ਮਾੜੀਆਂ ਮਾੜੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀਗੀਆਂ, ਪਰ ਮੈਂ ਸੋਚਿਆ ਬਈ ਜਿਹੜਾ ਇਹ ਅੱਜ ਕੱਲ੍ਹ ਨਵਾਂ ਭੁਚਾਲ ਜਿਹਾ ਚੱਲਿਆ ਹੈ ਨਾ, ਉਹਦੀਆਂ ਆਵਾਜ਼ਾਂ ਹੋਣਗੀ। ਭੁਚਾਲ ਤਾਂ ਹੁਣ ਆਊ, ਉਹ ਵੀ ਆਪਣੇ ਸਾਰਿਆਂ ਦੀ ਜ਼ਿੰਦਗੀ ਚ 15 ਰਿਕਟਰ ਸਕੇਲ ਤੇ। ਸਰ ਜੀ ਹੁਣ ਆਪਾਂ ਕਰਨਾ ਕੀ ਆ? ਆਪਾਂ ਕੀ ਕਰਨਾ ਤੁਲਸੀਦਾਸ, ਜੋ ਕਰਨਾ ਸੀ ਉਹ ਕਰ ਗਏ, ਹੁਣ ਤਾਂ ਤੁਸੀਂ ਵਰਦੀ ਲਾ ਕੇ ਘਰੇ ਬੈਠਣ ਦੀ ਤਿਆਰੀ ਕਰੋ। ਉਹ ਜੇ ਕੁਛ ਕਰਨਾ ਆਪਣੀ ਜ਼ੁਬਾਨ ਬੰਦ ਰੱਖੋ, ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਵੇ ਕਿ ਉਹ ਭੱਜ ਗਏ। ਸਰ ਉਹਦਾ ਕੀ ਕਰਨਾ ਜਿਹੜਾ ਮੈਂ ਕੈਦੀਆਂ ਨੂੰ ਕਹਿ ਕੇ ਆਇਆ ਤਾੜੀਆਂ ਵਜਾਉਣ? ਉਹ ਤੈਨੂੰ ਤਾੜੀਆਂ ਦੀ ਪਈ ਆ, ਉਹਨਾਂ ਨੂੰ ਰੋਕੋ। ਸਰ ਉਹ ਨਹੀਂ ਰੁਕ ਸਕਦੇ, ਮੈਂ ਗਾਲ ਪਾ ਕੇ ਆਇਆ। ਤੈਨੂੰ ਤਾਂ ਮੈਂ ਪੁਲਿਸ ਦਾ ਡਰ ਪਾਉਣ ਨੂੰ ਕਿਹਾ ਸੀ। ਜੇ ਇੰਨਾ ਹੀ ਪੁਲਿਸ ਦਾ ਡਰ ਹੁੰਦਾ ਇਹ 2 ਕੈਦੀ ਕਿਉਂ ਭੱਜਦੇ? ਗਾਲ ਪਾਣੀ ਪਈ, ਗਾਲ ਭਰੇ ਕਰ। ਜੇ 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 ਸਰ, ਵੈਸੇ ਤਾਂ ਤੁਹਾਡੇ ਜਿੱਡਾ ਸਾਡਾ ਦਿਮਾਗ ਹੈ ਨਹੀਂ, ਪਰ ਜੇ ਹੁਕਮ ਹੋਵੇ ਤਾਂ ਇੱਕ ਦਿਮਾਗੀ ਗੱਲ ਕਰਾਂ। ਬੋਲ। ਮਸਲਾ ਤਾਂ ਇਹੀ ਹੈ ਨਾ ਕਿ ਵਿਸਾਖੀ ਵਾਲੇ ਫੰਕਸ਼ਨ ਤੇ ਦੋਨੋਂ ਕੈਦੀ ਹਾਜ਼ਰ ਹੋਣੇ ਚਾਹੀਦੇ ਹੋ ਜਾਣਗੇ। ਉਹ ਕਿੱਦਾਂ? ਆਪਾਂ ਵਿਸਾਖੀ ਦੇ ਫੰਕਸ਼ਨ ਨੂੰ ਹੀ 2 ਦਿਨ ਅੱਗੇ ਕਰ ਦਿੰਦੇ ਨਾ? ਹੁਣ ਤੂੰ ਨਾਨਕਸ਼ਾਹੀ ਕੈਲੰਡਰ ਤੋਂ ਵੀ ਉੱਤੇ ਹੋ ਗਿਆ। ਓਏ ਬੁੱਝ ਦਿਮਾਗ ਜੀ, ਵਿਸਾਖੀ ਅਕਸਰ 13 ਅਪ੍ਰੈਲ ਨੂੰ ਮਨਾਈ ਜਾਂਦੀ ਆ, ਇਹ ਕੋਈ ਨਰਾਤੇ ਨਹੀਂ ਵੀ ਜੇ ਪਹਿਲੇ ਨਰਾਤੇ ਮਰੋੜੇ ਲੱਗਿਆ ਤਾਂ ਵਰਤ 9ਵੇਂ ਨਰਾਤੇ ਰੱਖ ਲਾਂਗੇ। ਸਰ ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਤੁਹਾਡੇ ਜਿੰਨਾ ਸਾਡਾ ਦਿਮਾਗ ਕਿੱਥੇ, ਤਾਂ ਫਿਰ ਪੰਗੇ ਕਿਉਂ ਲੈਣਾ ਹੁੰਦਾ? ਚਲੋ ਸਰ। ਸਾਹਿਬ ਬਹਾਦਰ ਜੀ, ਉਸ ਰੱਬ ਕੋਲੇ ਇੱਕ ਵਾਰ ਗਿਆ ਕਦੇ ਕੋਈ ਵਾਪਸ ਆਇਆ ਜੀ? ਇਹਦਾ ਮਤਲਬ ਤੇਰੀ ਭੈਣ ਹੈ ਨੀ? ਜਦੋਂ ਤੇਰੀ ਭੈਣ ਹੀ ਨਹੀਂ ਹੈ ਫਿਰ ਤੇਰਾ ਜੀਜਾ ਐਡੀ ਸੁਰੰਗ ਪੱਟ ਕੇ ਕਿਹੜੀ ਮਾਂ ਨੂੰ ਮਿਲਣ ਗਿਆ? ਹਾਏ ਸਾਲਾ, ਡੰਗਰ ਜਿਹਾ ਦੰਦੀਆਂ ਕੱਢੀ ਜਾਂਦਾ। ਅੱਛਾ ਰੋ ਰਿਹਾ, ਰੱਬ ਦਾ ਵਾਸਤਾ ਜਾ ਕੇ ਆਪਣੇ ਜੀਜਾ ਜੀ ਨੂੰ ਸਮਝਾ ਕਿ ਆਪਣੀ ਸੰਸਾਰਕ ਯਾਤਰਾ ਦੂਰੀ ਛੱਡ ਕੇ ਵਾਪਸ ਜੇਲ੍ਹ ਚ ਪਰਤੇ, ਨਹੀਂ ਸਾਡੀ ਨੌਕਰੀ ਤਾਂ ਗਈ ਗਈ ਆ, ਤੁਹਾਡੇ ਪ੍ਰਾਹੁਣੇ ਨੇ ਇੱਥੇ ਸਰਕਾਰੀ ਪ੍ਰਾਹੁਣਾ 5 ਸਾਲ ਹੀ ਹੋਰ ਬਣ ਜਾਣਾ। ਨਹੀਂ ਸਰ ਜੀ, ਨਾ ਸਰ ਜੀ, ਮੇਰੀ ਜੀਜਾ ਜੀ ਨੂੰ ਬਚਾ ਲਓ ਪਲੀਜ਼, ਮੇਰੀ ਜੀਜਾ ਜੀ ਨੂੰ ਬਚਾ ਲਓ ਸਰ ਜੀ। ਵੀਰੇ ਦੇਖ, ਵੀਰੇ ਰੋ ਨਾ, ਇਹ ਜੇ ਹਾਲਾਤ ਵਿੱਚ ਨਾ ਰੋਣਾ ਤਾਂ ਸਾਡਾ ਵੀ ਨਿਕਲ ਰਿਹਾ, ਪਰ ਅਸੀਂ ਵਰਦੀ ਚ ਰੋ ਨਹੀਂ ਸਕਦੇ। ਕੰਟਰੋਲ ਬਹਾਦਰ ਸਿੰਘ, ਕੰਟਰੋਲ। ਸੋਰੀ ਸਰ। ਤੁਸੀਂ ਦੱਸੋ ਤੁਹਾਡੀ ਕੀ ਸੇਵਾ ਕਰੀਏ? ਮੇਰੀ ਕੀ ਸੇਵਾ ਕਰਨੀ ਹੈ ਭੈਣ ਮੇਰੀ, ਹੈ ਮੇਰਾ ਘਰ ਤਾਂ ਪਹਿਲਾਂ ਹੀ ਕਿਸ਼ਤਾਂ ਤੇ ਹੈ। ਆ ਦੇਖ ਲੈ ਤੇਰਾ ਕਾਵਾਂ ਵਾਲਾ ਬਾਬਾ ਕਿੱਥੇ ਕਿੱਥੇ ਚੁੰਜਾ ਮਾਰਦਾ ਫਿਰਦਾ ਹੈ, ਹੋਰ ਲਾ ਆਪਣੇ ਜੀਜੇ ਨੂੰ ਇਹੋ ਜਿਹੇ ਬਾਬੇ ਦੇ ਮਗਰ। ਕੱਲਾ ਮੇਰਾ ਜੀਜਾ ਥੋੜੀ ਜੀ ਚਣਾ ਖਣੀ ਬਾਬਿਆਂ ਦੇ ਮਗਰ ਲੱਗਿਆ ਹੋਇਆ। ਹੁਣ ਲੱਗ ਮੇਰੇ ਮਗਰ ਲੱਗ ਗਿਆ ਜੀ। ਆ ਜਾ ਸਰ, ਇਹ ਤਾਂ ਦੱਸੋ ਵੀ ਮਗਰ ਮਾਮੇ ਨੇ। ਮਾਮੇ ਕਿਹਨੂੰ ਕਿਹਾ ਹੋਇਆ? ਤੁਹਾਨੂੰ ਨੀ ਸਰ, ਮੈਂ ਤਾਂ ਉਹ ਪੁਲਿਸ ਵਾਲਿਆਂ ਨੂੰ ਕਿਹਾ ਜੀ। ਮੈਂ ਸਾਲਿਆਂ ਡਾਕੀਆਂ? ਨਹੀਂ ਸਰ, ਇਹ ਤਾਂ ਛੋਟੇ ਹੁੰਦੇ ਤਾਂ ਮਾਮੇ ਹੀ ਕਹਿੰਦੇ ਆਇਆ ਜੀ।
तू ही तो भी छोटा सी। ਤੁਸੀਂ ਇਹਨੂੰ ਛੱਡੋ ਜੀ, ਜੀ ਇਹਨੂੰ ਫੜੋ। ਤੁਸੀਂ ਕਿਉਂ ਫੜਨੀ ਹੈ ਬ੍ਰਦਰ? ਓਏ ਅਸੀਂ ਪੁਲਿਸ ਵਾਲੇ ਆ। ਅੱਜ ਕੱਲ ਬਹੁਤ ਨਕਲੀ ਪੁਲਿਸ ਵਾਲੇ ਬਣੀ ਫਿਰਦੇ ਆ। ਹਾਂ, ਆਈ ਕਾਰਡ ਚੈੱਕ ਕਰਾਓ। ਆਈ ਕਾਰਡ? ਆਈ ਕਾਰਡ ਤਾਂ ਠੀਕ ਹੈ, ਥੈਂਕ ਯੂ। ਹੁਣ ਤੁਸੀਂ ਆਪਣਾ ਆਈ ਕਾਰਡ ਦਿਖਾ ਸਕਦੇ ਹੋ? ਪਰ ਅਖਬਾਰ ਵਿੱਚ ਨਾਲੇ ਕੋਲ ਤਾਂ ਹੁੰਦਾ ਨਹੀਂ ਨਾ ਜੀ ਆਈ ਕਾਰਡ। ਯਾਰ ਮੇਰੇ ਬਾਰੇ ਗੱਲ ਹੋ ਰਹੀ ਹੈ, ਆਈ ਕਾਰਡ ਕੇ ਹੈ ਨਾ? ਹਾਂ, ਲੋ ਹੁਣੇ ਦਿਖਾ ਦਿੰਦੇ। ਆਈ ਕਾਰਡ? ਮੈਨੂੰ ਲੱਗਦਾ ਹੈ ਗਲਤੀ ਨਾਲ ਬੱਚੇ ਅੱਜ ਸਕੂਲ ਲੈ ਗਏ। ਉਹ ਠੀਕ ਹੈ ਠੀਕ ਹੈ, ਹੁਣ ਸਾਡਾ ਟਾਈਮ ਵੇਸਟ ਨਾ ਕਰੋ ਤੇ ਸਾਨੂੰ ਜਾਣ ਦਿਓ। ਐਵੇਂ ਕਿਵੇਂ ਜਾਣ ਦਈਏ? ਕੀ ਪਤਾ ਅਸੀਂ ਨਕਲੀ ਪੁਲਿਸ ਵਾਲੇ ਹੋਈਏ। ਉਹ ਅਸੀਂ ਮੰਨ ਲਿਆ ਕਿ ਤੁਸੀਂ ਅਸਲੀ ਪੁਲਿਸ ਹੋ, ਸਾਨੂੰ ਹੁਣ ਜਾਣ ਦਿਓ। ਇੱਕ ਪੁਲਿਸ ਵਾਲੇ ਨੂੰ ਦੂਜੇ ਪੁਲਿਸ ਵਾਲੇ ਦੀ ਗੱਲ ਸਮਝਣੀ ਚਾਹੀਦੀ ਹੈ। ਦੇਖੋ ਜੀ, ਰਿਸ਼ਤਾ ਆਪਣੀ ਥਾਂ ਤੇ ਹੈ, ਲੇਖਾ ਮਾਵਾਂ ਧੀਆਂ ਦਾ। ਆਈ ਕਾਰਡ ਤਾਂ ਚੈੱਕ ਕਰਨਾ ਬਣਦਾ ਹੈ। ਇਹ ਬਲਾਈਂਡ ਫੇਰ ਤਾਂ ਮਰਵਾਉਂਦਾ ਬੰਦੇ ਨੂੰ। ਹਾਂਜੀ, ਆਈ ਕਾਰਡ ਤਾਂ ਅੱਜ ਮੈਂ ਚੈੱਕ ਕਰਵਾ ਕੇ ਹੀ ਭੇਜੂ ਤੁਹਾਨੂੰ, ਭਾਵੇਂ ਛੋਟੇ ਭੀਮ ਨੂੰ ਘਰ ਨਾ ਭੇਜਣਾ ਪਏ। ਜਨਾਬ ਉਹ ਬਹੁਤ ਸਖਤ ਨੇ, ਰੋਜ਼ ਜਿੰਨੀ ਦੇਰ ਆਪਣੇ ਘਰ ਵਾਲੇ ਦਾ ਮੈਰਿਜ ਸਰਟੀਫਿਕੇਟ ਚੈੱਕ ਨਾ ਕਰ ਲੈਣ ਨਾ ਉਹਨੂੰ ਬੈਡਰੂਮ 'ਚ ਨਹੀਂ ਵੜਨ ਦਿੰਦੇ। ਬਾਦ ਸਿੰਘ ਸਰ, ਕੋਈ ਬੂਟਾ ਲੈ ਕੇ। ਬੂਟਾ? ਅਸੀਂ ਕਿਹੜਾ ਕੋਈ ਜੇਲ੍ਹ 'ਚ ਬੂਟਾ ਮੰਗਾਇਆ ਹੋਇਆ ਹੈ? ਉਹ ਕੋਈ ਪੁਰਾਣਾ ਲੱਗਿਆ ਹੋਇਆ ਹੀ ਪੱਟ ਲਿਆਓ, ਬਸ ਬੂਟਾ ਲੈ ਆਓ ਜਲਦੀ, ਜਿਵੇਂ ਮਰਜ਼ੀ ਲੈ ਆਓ। ਦੇਖਦਾ। ਓ ਹਟੋ ਪਰੇ, ਹਟੋ ਪਰੇ। ਮਿਲ ਗਿਆ ਸਰ, ਆ ਲਿਆ ਹੈ ਬੂਟਾ। ਇਹ ਕਿੱਥੋਂ ਪੱਟ ਲਿਆ? ਮੈਂ ਕਦੇ ਜੇਲ੍ਹ 'ਚ ਤਾਂ ਦੇਖਿਆ ਨਹੀਂ ਇਹ। ਸਰ ਤੁਹਾਡੇ ਆਫਿਸ 'ਚ ਪਿੱਛੇ ਪਿਆ ਸੀ ਮੇਜ਼ 'ਤੇ। ਓਏ ਮੂਰਖਾ, ਇਹ ਨਕਲੀ ਹੈ ਪਲਾਸਟਿਕ ਦਾ। ਸਰ ਮੋਇਆ ਨੂੰ ਪਤਾ ਲੱਗਣਾ ਹੈ ਪਲਾਸਟਿਕ ਦਾ, ਮੈਂ ਆਹ ਦੇਖੋ ਜੜਾ ਟੱਕ ਕੇ ਲਿਆ ਮਿੱਟੀ ਨਾਲ। ਉਹ ਲੋਕੀ ਉੱਪਰ ਮੇਕਅਪ ਕਰਦੇ ਆ, ਸਾਲਾ ਥੱਲੇ ਕਰ ਲਿਆ, ਓਏ ਉਹਨੂੰ ਖੁਸ਼ਬੂ ਤੋਂ ਨਹੀਂ ਪਤਾ ਲੱਗੂ? ਸਰ ਮੈਂ ਅਗਰਬੱਤੀ ਦਾ ਗੇੜਾ ਦਵਾ ਕੇ ਲਿਆ। ਗਾਲ ਪਾ ਦਿਓ ਜੇ ਕਿਸੇ ਨੂੰ ਪਤਾ ਲੱਗ ਜਾਏ ਨਕਲੀ ਹੈ। ਬੂਟਾ ਲਿਆਓ ਜਲਦੀ। ਆਇਆ ਸਰ। ਇਹ ਸੋਲੂਸ਼ਨ ਨੂੰ ਇਹਦੇ 'ਚ ਮਿਕਸ ਕਰਦਾ ਤਾਂ ਪਤਾ ਨਹੀਂ ਕੀ ਨਵੀਂ ਚੀਜ਼ ਤਿਆਰ ਹੋ ਜਾਏ। ਰੂਬੀ ਦਿਖਾ ਆਪਣੀ ਖੁਕੀ। ਹੇ ਮਾਤਾ ਰਾਣੀਏ ਤੇਰੀ ਸਦਾਈ ਜੈ। ਵਾਹਿਮ ਚੰਦ ਲਾਂਬਾ, ਹੁਣ ਤੇਰਾ ਨਾਮ ਅਸਮਾਨ ਦੇ ਵਿੱਚ ਪੂਰਨਮਾਸੀ ਦੇ ਚੰਦ ਦੀ ਤਰ੍ਹਾਂ ਚਮਕੇਗਾ। ਤਪੱਸਿਆ ਹੋ ਗਈ। ਅੱਗ ਲਾ ਤੀ ਮੇਰੀ ਲੈਬ ਨੂੰ, ਇੱਕ ਵਾਰ ਜੇ ਇਹਨੂੰ ਸਮਝ ਨਹੀਂ ਲੱਗਦੀ ਉਹ ਫੜੋ ਇਹਨੂੰ। ਮੈਡਮ ਸ਼ਿੰਗਾਰਾ ਤੇ ਜਿਹੜਾ ਨਾਜ਼ਰ ਹੈ ਨਾ, ਉਹਨਾਂ ਦਾ ਝਗੜਾ ਹੋ ਗਿਆ। ਫਿਰ ਜਦੋਂ ਪਿੰਡ ਚ ਉਹਨਾਂ ਦਾ ਕੋਠਾ ਡਿੱਗਿਆ, ਉਹਨਾਂ ਦੀ ਭੂਆ ਦਾ ਮੁੰਡਾ ਮਾਸਕਟ ਚਲਾ ਗਿਆ। ਦੱਸੋ ਮੈਡਮ, ਜਦੋਂ ਕੋਠਾ ਡਿੱਗਿਆ ਤਾਂ ਸਾਡੇ ਘਰ ਦੇ ਅੰਦਰ। ਬਸ ਕਰੋ, ਚੁੱਪ ਕਰਕੇ ਨਾ ਬਲਬ ਚੇਂਜ ਕਰੋ ਫਟਾਫਟ। ਮੈਡਮ ਇਹ ਤਾਂ ਮਾਣ ਦੀ ਗੱਲ ਹੈ, ਤੁਸੀਂ ਮੈਥੋਂ ਬਲਬ ਚੇਂਜ ਕਰਾ ਰਹੇ ਹੋ। ਵੈਸੇ ਮੈਡਮ ਠੀਕ, ਅੱਜ ਤੱਕ ਕੋਈ ਕੰਮ ਨਹੀਂ ਹੋਇਆ। ਚਲੋ ਕਰ ਦਿੰਦੇ ਆ ਅੱਜ ਤੁਹਾਡਾ ਬਲਬ ਚੇਂਜ। ਲਿਆਓ ਸਟੂਲ, ਸਟੂਲ ਚੱਕੋ, ਆਓ ਆਪੇ ਚੱਕੋ। ਮੈਡਮ ਜੀ, ਜਸਮੀਨ ਜੀ, ਮੇਰੀ ਹਾਲਤ ਬਹੁਤ ਵਿਗੜਦੀ ਜਾ ਰਹੀ ਹੈ। ਜੇ ਤੁਸੀਂ ਪਾਣੀ ਨਹੀਂ ਛੱਡਣਾ ਤਾਂ ਘੱਟੋ ਘੱਟ ਇੱਕ ਡੱਬਾ ਹੀ ਦੇ ਦੋ ਪਾਣੀ ਦਾ ਉਧਾਰ। ਮੈਂ ਤੁਹਾਨੂੰ ਪਹਿਲਾਂ ਕਹਿਤਾ ਨਾ ਕਿ ਪਾਣੀ ਪੁਣੀ ਅੱਜ ਕੁਛ ਨਹੀਂ ਮਿਲਣਾ। ਮੈਡਮ ਇਹਨੂੰ ਡੱਬਾ ਨੀ ਪਾਣੀ ਦਾ ਦੇਣਾ, ਮੈਨੂੰ ਕੌਲਿਕ ਤੇ ਦੇ ਦਿਓ, ਅੱਖਾਂ ਚੋਂ ਸਾਬਣ ਕੱਢ ਲਾਂ। ਚੰਗਾ, ਸਗੋਂ ਕੁਛ ਤੇ ਪੈ ਗਿਆ, ਅੱਖਾਂ 'ਚ ਸ਼ਰਮ ਤਾਂ ਹੈ ਨੀ ਤੁਹਾਡੇ, ਤੇ ਪਾਣੀ ਬੰਦ ਰਹਿਣਾ ਅੱਜ ਤੁਹਾਡਾ। ਸਾਰੇ ਕੰਨ ਖੋਲ ਕੇ ਸੁਣ ਲਓ, ਪਹਿਲਾਂ ਕਿਰਾਇਆ ਕੱਢੋ। ਓ ਮੈਡਮ, ਕਿਰਾਇਆ ਵੀ ਕੱਢ ਲਾਂਗੇ, ਪਹਿਲਾਂ ਅੱਖਾਂ 'ਚੋਂ ਸਾਬਣ ਤੇ ਕੱਢ ਲਈਏ। ਮੈਡਮ ਜੀ, ਇਹ ਤਾਂ ਸਰਾਸਰ ਧੋਖਾ ਹੈ, ਨਾ ਬਾਥਰੂਮ ਦੇ ਵਿੱਚ ਪਾਣੀ ਹੈ, ਨਾ ਪੇਪਰ, ਨਾ ਕੋਈ ਪੱਥਰ ਪੁੱਤਰ ਹੈ। ਬੰਦਾ ਕਰੇ ਤਾਂ ਕਰੇ, ਕੀ ਦੱਸੋ ਹੁਣ? ਪਾਣੀ ਤਾਂ ਕੀ, ਪਾਣੀ ਦੀ ਬੂੰਦ ਵੀ ਨਹੀਂ ਤੁਹਾਨੂੰ ਮਿਲਣੀ, ਭਾਵੇਂ ਕਿਰਾਇਆ ਦੇ ਦਿਓ। ਦੁਖੀ ਕਰਦਾ ਤੁਸੀਂ ਬਾਈ, ਬੜੀ ਕੁੱਤੇ ਖਾਣੀ ਹੋਈ ਤੁਹਾਡੇ ਨਾਲ ਤਾਂ, ਹੈ ਬਾਲੀ ਹੋਈ। ਕਮਾਲ ਹੈ ਤੇਰੀ, ਅਸੀਂ ਬਿਨਾਂ ਪਾਣੀ ਤੋਂ ਪਾਣੀ ਪਾਣੀ ਹੋਏ ਪਏ, ਤੂੰ ਉੱਪਰ ਹੱਸੀ ਜਾ ਰਿਹਾ। ਪਾਣੀ ਹੈ ਤੇਰੇ ਕੋਲ?
ਵਾਸਾ ਨਾ ਤਾਂ ਹੋਰ ਕੀ ਕਰਾਂ, ਪੂਰਾ ਪਾਣੀ ਹੈ ਤੁਹਾਡੇ ਵਾਂਗੂ ਨਹੀਂ, ਹੋਰ ਨਾ ਤਾਂ ਉਹ ਕਰਾਇਆ ਹੈ। ਚਲੋ ਆ ਜਾਓ ਉੱਤੇ, ਆ ਜਾਓ ਆ ਜਾਓ, ਪਾਣੀ ਦੀ ਕੋਈ ਖਬਰ ਨਹੀਂ ਲੈ ਰਿਹਾ ਸਾਡੀ, ਉਹ ਰੁਕ ਜਾ, ਹੁਣ ਕੰਮ ਬਸ ਤੋਂ ਬਾਹਰ ਹੋ ਗਿਆ। ਯਾਰ ਮੈਂ ਜਾਣਾ ਪਹਿਲਾਂ, ਲਾਂਬਾ ਸਾਹਿਬ ਕੀ ਕਰਦੇ ਹੁੰਦੇ ਤੁਸੀਂ? ਉਹ ਪਹਿਲਾਂ ਮੈਨੂੰ ਜਾ ਲੈਣ ਦੇ, ਨਹੀਂ ਮੈਥੋਂ ਆ ਜਾ, ਤੇ ਕੁਛ ਹੋ ਜਾਣਾ। ਅੱਛਾ ਧਮਕੀ ਦੇ ਰਿਹਾ ਤੂੰ, ਕਰ ਯਾਰ ਜੋ ਕਰਨਾ, ਕੀ ਹੋ ਜਾਏਗਾ ਦੱਸ? ਉਹ ਧਮਕੀ ਨਹੀਂ ਦੇ ਰਿਹਾ, ਦਵਾਈ ਦੇ ਰਿਹਾ, ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਨਹੀਂ ਤਾਂ ਆ ਜਾ, ਤੇ ਕੁਛ ਹੋ ਜਾਏਗਾ। ਓ ਯਾਰ ਮੇਰੀਆਂ ਅੱਖਾਂ 'ਚ ਸਾਬਣ ਪਿਆ, ਮੇਰੀਆਂ ਅੱਖਾਂ ਸੜ ਰਹੀਆਂ। ਓਏ ਹਲੇ ਤਾਂ ਅੱਖਾਂ ਹੀ ਸੜ ਰਹੀਆਂ, ਥੋੜੀ ਦੇਰ ਨੂੰ ਨਸਾਂ ਵੀ ਸੜਨ ਗਿਆ। ਉਹ ਮੈਨੂੰ ਜਾ ਲੈਣ ਦੇ, ਤੇਰਾ ਪਲਾ ਹੋਵੇ। ਓ ਯਾਰ ਕਿੱਦਾਂ ਦਾ ਬੰਦਾ, ਨਾ ਇਹ ਰੋਟੀ ਖਾਣ ਲੱਗਾ ਸਬਰ ਕਰਦਾ, ਤੇ ਨਾ ਇਹ। ਓ ਚਲੋ ਛੱਡੋ 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 ਭਾਜੀ, ਆਓ ਤੁਸੀਂ ਮੇਰੇ ਕਮਰੇ 'ਚ। ਤੂੰ ਵੀ ਸਾਬਣ ਲਾ ਲੈ ਤਨ ਦਾ। ਓਏ ਕੀ ਏ ਉਹ ਤੇਰੀ ਲਾਂਬਾ ਸਾਹਿਬ, ਤੁਹਾਡੀ ਹੱਥ ਜਾਂਦੀ ਨਹੀਂ ਬਗਾਨੀਆ ਚੀਜ਼ਾਂ ਨੂੰ ਹੱਥ ਲਾਉਣ ਦੀ? ਵੈਸੇ ਹੱਥ ਨਹੀਂ ਲਾ ਸਕਦੇ ਇਹਨੂੰ? ਨਹੀਂ ਨਹੀਂ ਸੁਖੀ ਬਾਈ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹ ਲਾਂਬਾ ਸਾਹਿਬ ਹੈਗਾ ਫ੍ਰੀਕੁਐਂਸੀ ਮੋਡੂਲੇਟਰ। ਉਹ ਤੇਰੇ ਦਾ ਕੀ ਬਾਤ ਹੈ ਤੇਰੀ, ਇਹਦੇ ਵਿੱਚੋਂ ਤੂੰ ਕਿਹੜਾ ਸੱਪ ਕੱਢਦਾ ਹੈ? ਸੱਪ? ਹਾਂ ਡੈਮੋ ਲੈਣੀ ਹੈ। ਹਾਂ ਡੈਮੋ ਲੈਣੀ ਸੁਖੀ ਬਾਈ, ਲਿਆ ਫਿਰ ਤੁਹਾਨੂੰ ਦਿਖਾਉਣਾ। ਲਿਆ ਫਿਰ ਬਾਬਾ, ਉਹ ਪਈ ਛਤਰੀ, ਉਹਨੂੰ ਚੱਕ, ਚੱਲ ਮੇਰੇ ਨਾਲ ਉੱਤੇ। ਚਲੋ ਆ ਜਾਓ, ਚਲੋ ਬਾਹਰ ਆ ਜਾਓ, ਆ ਜਾਓ ਸੁਖੀ ਬਾਈ। ਉੱਪਰ ਜਾਣਾ? ਹਾਂ ਹਾਂ, ਬਾਬੇ ਨੇ ਸੱਪ ਦੇਖਣਾ ਨਾ, ਉਹ ਦਿਖਾਉਣਾ, ਆ ਜਾਓ। ਉਹ ਕੁੜੀ ਦੇਖ ਰਹੇ ਬਾਬੇ ਸਾਹਮਣੇ? ਕਿੱਥੇ? ਉਹ ਜਿਹੜੀ ਝਾਟਾ ਖੋਲ ਕੇ ਪੜ੍ਹ ਰਹੀ, ਉਹ ਜਿਹੜੀ ਪੜ੍ਹਦੀ ਹੈ ਸਾਹਮਣੇ, ਉਹ ਦੇਖ ਬਾਬਾ। ਅੱਛਾ ਉਹ ਹਰੇ ਕੱਪੜਿਆਂ ਵਾਲੀ? ਉਹ ਕਾਲੇ ਪਾਇਆ ਬਾਬਾ, ਤੈਨੂੰ ਅੰਦਰਾਤਾ ਹੋਇਆ। ਕਾਲੇ ਹੋਣੇ, ਮੈਨੂੰ ਤਾਂ ਕੱਪੜੇ ਵੀ ਨਹੀਂ ਦਿਖ ਰਹੇ। ਇਹ ਅੱਖਾਂ ਨੂੰ ਐਕਸਰੇ ਮਸ਼ੀਨ ਲੱਗ ਗਈ ਬਾਬੇ ਦੇ। ਆ ਜਾਓ, ਚਲੋ ਆਓ, ਚਲੋ ਸੁਣਾਣਾ ਕੀ ਕਰੇਗਾ ਹੁਣ, ਰੰਗ ਬਦਲੇਗਾ ਉਹਦੇ ਕੱਪੜੇ ਦਾ? ਨਾ ਕੁਛ, ਆ ਜਾਓ ਸੱਪ ਦਿਖਾਣਾ, ਆ ਜਾਓ। ਚੱਲ ਫਿਰ। ਉਹ ਕੁੜੀ ਦੇਖੀ ਸੀ ਉੱਤੇ? ਹਾਂ ਹਾਂ, ਕਈ ਬੱਚੇ ਬਹੁਤ ਹੀ ਸੰਸਕਾਰੀ ਹੁੰਦੇ ਆ। ਦੇਖਿਆ ਵਿਚਾਰੀ ਕਿੰਨਾ ਦਿਲ ਲਾ ਕੇ ਪੜ੍ਹ ਰਹੀ ਸੀਗੀ, ਜ਼ਰੂਰ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੇਗੀ ਉਹ। ਹਾਂ ਹਾਂ, ਮਾਂ ਬਾਪ ਨੂੰ ਮਾਰ ਗੋਲੀ, ਵਿਆਹ ਮੈਂ ਕਰਾਉਣਾ ਤੂੰ ਮਾਂ ਬਾਪ ਨੇ, ਮੈਨੂੰ ਤਾਂ ਬਸ ਜਲਦੀ ਜਲਦੀ ਇੱਥੋਂ ਲੈ ਜਾ। ਇਹ ਉਹੀ ਹੈ? ਉਹੀ ਕੁੜੀ ਆ, ਬਲੂਟੁੱਥ ਲਾਇਆ। ਲਓ ਜੀ ਲਾਂਬਾ ਸਾਹਿਬ, ਆ ਸੰਸਕਾਰ ਖਿਲਰ ਗਏ ਜੇ, ਕਰ ਲਓ ਇਕੱਠੇ। ਜਾਨੋ ਇਹ ਕਿਸ ਤੋਂ ਦੇ ਦਿਆ? ਲੈ ਆ ਸੰਸਕਾਰਾਂ ਦੀ ਆਵਾਜ਼ ਆਉਣ ਲੱਗੀ ਜੀ, ਤੂੰ ਖੱਟ ਹੀ ਦਿੱਤਾ ਯਾਰ। ਕਈ ਬੱਚੇ ਬਹੁਤ ਹੀ ਕਮੀਨੇ ਹੁੰਦੇ ਆ। ਵੈਸੇ ਲਾਂਬਾ ਸਾਹਿਬ, ਕਈ ਵੱਡੇ ਵੀ ਬੜੇ ਗਿਰੇ ਹੋਏ ਹੁੰਦੇ ਨੇ। 250 ਰੁਪਏ ਦਾ ਮੈਂਬਰਸ਼ਿਪ ਪੈਕ ਲਿਆ ਹੁੰਦਾ, ਆਓ ਰੋਮਾਂਟਿਕ ਬਾਤੇ ਕਰੇ, ਅੱਧੀ ਅੱਧੀ ਰਾਤ ਨੂੰ ਲੱਗੇ ਹੁੰਦੇ ਨੇ। ਕਿਹਦੀਆਂ ਗੱਲਾਂ ਕਰ ਰਹੇ ਹੋ ਤੂੰ? ਆਪਾਂ ਤਾਂ 11 ਕੁ ਵਜੇ ਸੋ ਜਾਈਦਾ। ਮੈਂ ਤਾਂ ਤੁਹਾਡਾ ਨਾਮ ਲਿਆ ਹੀ ਨਹੀਂ ਲਾਂਬਾ ਸਾਹਿਬ। ਲੈ ਤੇਰਾ ਕੀ ਮਤਲਬ ਹੈ ਬਈ, ਲਾਂਬਾ ਸਾਹਿਬ ਨੂੰ ਪਤਾ ਹੀ ਨਹੀਂ ਵੀ ਗਿਰਿਆ ਹੋਇਆ ਕੌਣ? ਚੋਰ ਕੀ ਦਾੜੀ ਮੈਂ ਤਿਨਕਾ? ਕਿੱਥੇ 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 ਪਾਪ ਲੱਗੇਗਾ ਤੁਹਾਨੂੰ ਪਾਪ, ਦਰਵੇਸ਼ ਬੰਦੇ ਦੀਆਂ ਰੋਮਾਂਟਿਕ ਗੱਲਾਂ ਸੁਣਦੇ ਹੋ। ਸ਼ਿਟ, ਮਾਲ ਲੈ ਕੇ ਆਇਆ ਹਾਂ। ਹੋਰ ਇੱਥੇ ਉਜਾੜ ਚ ਅਸੀਂ ਗੋਹਾ ਕਰਨ ਆਇਆ। ਸੁਖੀ ਬਾਈ ਇਹ ਮਰਵਾਊਗਾ ਯਾਰ, ਧੰਦਾ ਡਰੱਗਸ ਦਾ ਤੇ ਗੱਲਾਂ ਭੰਡਾਂ ਵਾਲੀਆਂ। ਦਰਅਸਲ ਇਹ ਪਹਿਲਾਂ ਭਾਂਡੀ ਹੁੰਦਾ ਸੀ, ਇਹਨੇ ਸਾਨੂੰ ਹੁਣੇ ਜੁਆਇਨ ਕੀਤਾ ਰੀਸੈਂਟਲੀ। ਮਾਲ ਸਾਡਾ ਤਿਆਰ ਹੈ? ਲੈ ਦੱਸ ਹੋਰ ਇਹਦੇ ਚ ਮਿੰਗਣਾ ਹੈ, ਮਾਲ ਹੀ ਹੈ। ਸਿਆਣਾ ਬੰਦਾ ਗੱਲ ਕਰੋ ਯਾਰ, ਇਹਨੂੰ ਵਧਾਈ ਦੇ ਕੇ ਭੇਜੋ। ਹਾਂਜੀ 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 ਹਾਂਜੀ, ਚੈੱਕ ਕਰਾਓ। ਉਹ ਚੈੱਕ ਕਰਨ ਨੂੰ ਕੀ ਹੈ ਹੈ, ਇਸੇ ਦੇ ਨਮਕ ਖਾਂਦੇ ਆ, ਹੁਣ ਨਮਕ ਨਾਲ ਨਮਕ ਹਰਾਮੀ ਤੇ ਨਹੀਂ ਕਰਾਂਗੇ ਹੈ। ਨਾਲੇ ਜੀ ਇਸੇ ਧੰਦੇ ਦੇ ਵਿੱਚ ਤੇ ਅੱਜ ਕੱਲ੍ਹ ਇਮਾਨਦਾਰੀ ਰਹਿ ਗਈ ਹੈ, ਵਰਨਾ ਦੁਨੀਆ ਤਾਂ ਸਾਰੀ ਤੁਹਾਨੂੰ ਪਤਾ ਅੱਜ ਕੱਲ੍ਹ ਬਸ ਬੇਈਮਾਨੀ ਤੇ ਹੋ ਤੁਰੀ ਹੈ। ਤੁਸੀਂ ਆਪਣੇ ਨੋਟ ਦਿਖਾਓ। ਹਾਂਜੀ ਹਾਂਜੀ, ਆ ਲਓ ਜੀ, ਆ ਸਮਾਨ ਵੀ ਚੈੱਕ ਕਰਾਓ ਬਈ। ਚਲੋ ਹਾਂ, ਆ ਲਓ ਆਪਣਾ ਸਮਾਨ, ਫੜ ਲਓ ਇਹਨਾਂ ਨੂੰ। ਉਹ 11 ਮੁਲਕਾਂ ਦੀ ਪੁਲਿਸ ਦਾ ਤਾਂ ਬੰਦਾ ਦੀ ਪੰਜਾਬ ਪੁਲਿਸ ਦਾ ਕੀ ਹੈ? ਚਿੱਟੇ ਦਿਨ ਚਿੱਟੇ ਦੀ ਡੀਲਿੰਗ, ਪੁੱਤ ਪਟੇ ਇੰਨੇ ਪੈਣਗੇ ਨਾ, ਬੈਠਣ ਨੂੰ ਤਰਸੋਗੇ। ਪਟੇ ਤੇ ਬਹੁਤ ਪੀੜ ਕਰਦੇ ਹਨ ਥਾਣੇਦਾਰ ਸਾਹਿਬ। ਦੱਸ, ਮੇਰੇ ਤਾਂ ਪਟੇ ਮਾਰੀ ਨਾ, ਮੈਂ ਕੱਲ ਹੀ ਨਵਾਂ ਚੂਲਾ ਪਵਾਇਆ। ਪਟੇ ਤਾਂ ਪੁੱਤ ਫਿਰ ਵੀ ਪੈਣਗੇ, ਚਾਹੇ ਥਾਂ ਬਦਲ ਲਈਏ। ਇੰਸਪੈਕਟਰ ਸਾਹਿਬ, ਆਪਾਂ ਕੋਈ ਗਲਤ ਕੰਮ ਥੋੜੀ ਕਰ ਰਹੇ ਹਾਂ, ਕੋਈ ਡਰੱਗ ਥੋੜੀ ਹੈ ਇਹਦੇ ਵਿੱਚ? ਇਹ ਤਾਂ ਪਾਕਿਸਤਾਨੀ ਲੂਣ ਹੈ ਜੀ, ਤੁਹਾਨੂੰ ਤਾਂ ਪਤਾ ਹੀ ਹੋਣਾ, ਹਾਜ਼ਮੇ ਵਾਸਤੇ ਬਹੁਤ ਚੰਗਾ ਹੁੰਦਾ ਹੈ। ਇੰਨੇ ਉਜਾੜ ਚ ਆ ਲੂਣ, ਵੈਸੇ
ਅਸੀਂ ਪਿੱਛੇ ਪਰਸੋਂ ਦੀ ਗੱਲ ਹੈ ਹਾਂਜੀ ਕਾਲੀਆਂ ਮਿਰਚਾਂ ਦੀ ਡੀਲ ਰੋਪੜ ਵਾਲੇ ਖੰਡਰਾਂ ਚ ਕੀਤੀ ਹੈ ਐਡਵੈਂਚਰ 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 ਚੈੱਕ ਕਰ ਲੂਣੀ ਹੈ ਥਾਣੇਦਾਰ ਸਾਹਿਬ ਮਸ਼ਹੂਰੀ ਵਾਸਤੇ ਇੱਕ ਪੈਕਟ ਤੁਸੀਂ ਆਪਣੇ ਘਰੇ ਲੈ ਜਾਓ ਦਹੀਂ ਚ ਪਾ ਕੇ ਖਾਇਆ ਕਰਿਓ ਹਾਂਜੀ ਹਾਜ਼ਮੇਦਾਰ ਹੁੰਦਾ ਨਾ ਜੀ ਜਿਹੜਾ ਨਵਾਂ ਚੂਲਾ ਪੁਆਇਆ ਤੁੜਾਣਾ ਤਾਂ ਨਹੀਂ ਵੈਸੇ ਗੱਲ ਕੀਤੀ ਹਾਜ਼ਮੇਦਾਰ ਹੁੰਦਾ ਤਾਂ ਆ ਲਓ ਆਪਣਾ ਨਮਕ ਨਹੀਂ ਪੈਸੇ ਆ ਗਏ ਤੁਹਾਡੇ ਸਾਡੇ ਪੈਸੇ ਦੇ ਪੈਸੇ ਦੇ ਨਹੀਂ ਨਹੀਂ ਬਾਕੀ ਡੀਲ ਫੇਰ ਕਰੋ ਯਾਰ ਬਸ ਬਸ ਜੇ ਚੰਗੀ ਚਾਹੁੰਦੇ ਹੋ ਭੱਜੋ ਇੱਥੋਂ ਨਹੀਂ ਤੁਹਾਡੀਆਂ ਹੱਡੀਆਂ ਦਾ ਚੂਰਨ ਬਣਾ ਦੂੰ ਮੈਂ ਹਾਂਜੀ 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 ਜਾ ਰਹੇ ਜਾ ਰਹੇ ਚਲੋ ਚਲੋ ਵੀ ਚਲੋ ਦਿਖਣੇ ਨਹੀਂ ਚਾਹੀਦੇ ਇੱਥੇ ਅੱਛਾ ਜੀ ਮੇਰਾ ਬ੍ਰਸਪਤੀ ਚੰਗਾ ਚਲੋ ਜਾਨ ਬਚ ਗਈ ਭੱਜ ਲੋ ਹੁਣ ਚੱਕ ਕੇ ਆਪਣਾ ਕੋਟ ਜਾ ਆ ਗਏ ਵੱਡੇ ਸਮਗਲਰ ਇਹ ਕਰਨਗੇ ਸਮਗਲਿੰਗ ਗੱਲ ਸੁਣ ਨਵ ਜੇ ਮੈਂ ਥਾਣੇਦਾਰ ਨੂੰ ਸੈੱਟ ਨਾ ਕਰਦਾ ਹੁਣ ਨੂੰ ਅਸੀਂ ਤਿੰਨਾਂ ਨੇ ਗੁਲੇਲ ਦੀ ਤਰ੍ਹਾਂ ਲੱਤਾਂ ਕਰਕੇ ਤੁਰਨਾ ਸੀ ਦੇਖ ਏਦਾਂ ਉਹ ਬਸ ਕਰੋ ਬਾਬਾ ਉੱਥੇ ਅਸੀਂ ਸੁੱਖੀ ਬਾਈ ਦੇ ਬੱਚੇ ਵਾਸਤੇ ਗਏ ਸੀ ਪਤਾ ਤਾਂ ਹੈਗਾ ਤੈਨੂੰ ਅੱਛਾ ਸੁੱਖੀ ਵੀਰੇ ਇੱਕ ਗੱਲ ਤਾਂ ਦੱਸ ਤੇਰਾ ਵਿਆਹ ਕਿਹੜੇ ਸੰਨ 'ਚ ਹੋਇਆ ਸੀ 2010 ਵਿੱਚ 2010 ਉਦੋਂ ਤੇਰੇ ਆਲੇ ਦੁਆਲੇ ਕੋਈ ਸਿਆਣਾ ਬੰਦਾ ਨਹੀਂ ਸੀਗਾ ਜਿਹੜਾ ਤੈਨੂੰ ਇਹ ਕਹਿ ਦਿੰਦਾ ਬਈ ਭਲੇ ਮਾਨਸ ਤੂੰ ਕਿਹੜੇ ਕੁੱਤੇ ਕੰਮਾਂ 'ਚ ਫਸਣ ਲੱਗਿਆ ਤਾਂ ਜਦੋਂ ਤੁਸੀਂ ਜੰਮਣ ਲੱਗੇ ਸੀ ਲਾਂਬਾ ਸਾਹਿਬ ਤੁਹਾਡੇ ਮਾਂ ਪਿਓ ਦੇ ਨੇੜੇ ਤੇੜੇ ਕੋਈ ਸਿਆਣਾ ਬੰਦਾ ਨਹੀਂ ਸੀ ਜਿਹੜਾ ਉਹਨਾਂ ਨੂੰ ਰੋਕਦਾ ਪਈ ਕੀ ਕਰਤੂਤ ਕਰਨ ਲੱਗੇ ਹੋ ਦੇਖ ਤੂੰ ਇਹ ਪਰਸਨਲ ਮਾਮਲੇ 'ਚ ਦਖਲ ਦੇ ਰਿਹਾ ਤੂੰ ਵੀ ਮੇਰੀ ਪਰਸਨਲ ਜ਼ਿੰਦਗੀ 'ਚ ਦਖਲ ਦੇ ਰਿਹਾ ਬਾਬਾ ਪਹਿਲਾਂ ਮੈਂ ਤੈਨੂੰ ਦੱਸਦਾ ਤੂੰ ਦਖਲ ਦਿੱਤਾ ਮੇਰੀ ਲਾਈਫ ਦੇ ਵਿੱਚ ਦਖਲ ਇੰਟਰਸੈਪਟ ਮਤਲਬ ਕੋਈ ਸਾਡੀ ਕਾਲਸ ਨੂੰ ਇੰਟਰਸੈਪਟ ਕਰ ਰਿਹਾ ਨਹੀਂ ਤੇ ਪੁਲਿਸ ਨੂੰ ਕਿੱਦਾਂ ਪਤਾ ਲੱਗਿਆ ਕਿ ਅਸੀਂ ਉੱਥੇ ਸੀ ਲਾਸਟ ਟਾਈਮ ਉਹ ਦਿਨ ਮੰਤਰੀ ਦੇ ਫੋਨ ਦਾ ਵੀ ਪੁਲਿਸ ਨੂੰ ਪਤਾ ਲੱਗ ਗਿਆ ਸੀ ਸ਼ਿਟ ਲੱਗਦਾ ਹੈ ਸਰਕਟ ਲੀਕ ਹੈ ਇਹਨੂੰ ਜਲਦੀ ਠੀਕ ਕਰਨਾ ਪੈਣਾ ਨਹੀਂ ਤੇ ਪੁਲਿਸ ਨੇ ਘਰ ਆ ਜਾਣਾ ਸਰਕਟ ਲੀਕ ਹੈ ਪਰ ਇਹ ਸਰਕਟ ਨੂੰ ਸਿਰਫ ਇੱਕੋ ਬੰਦਾ ਠੀਕ ਕਰ ਸਕਦਾ ਅਤੇ ਉਹ ਇੱਥੇ ਨਹੀਂ ਹੈ ਪਰ ਹਟ ਮੈਂ ਟਰਾਈ ਕਰਦਾ ਉਹ ਮੈਨੂੰ ਦੇਖ ਲੈਂਦੇ ਉਹ ਬਾਈ ਇਹ ਕੋਈ ਖੜੋਣਾ ਨਹੀਂ ਹੈਗਾ ਮੈਨੂੰ ਦੇਖ ਲੈਂਦੇ ਮੈਂ ਬਹੁਤ ਕੁਛ ਠੀਕ ਕੀਤਾ ਮੇਰੇ ਤੇ ਵੀ ਟਰਸਟ ਕਰੋ ਯਾਰ ਤੁਸੀਂ ਇਹ ਬਹੁਤ ਵੱਡਾ ਸਾਇੰਟਿਸਟ ਹੈ ਇਹਨੂੰ ਕਰ ਲੈਣ ਦੇ ਠੀਕ ਆਪਣੀਆਂ ਲਿਮਿਟਸ 'ਚ ਰਹੀਦਾ ਹੁੰਦਾ ਬਾਬਾ ਮੈਂ ਲਿਮਿਟਸ ਹੈ ਤੂੰ ਕਰ ਕੀ ਰਿਹਾ ਆਪਣੇ ਕੰਮ 'ਚ ਰਹਿ ਤੂੰ ਮੈਨੂੰ ਪਤਾ ਮੈਂ ਕੀ ਕਰਦਾ 2% ਦਾ ਮਕੈਨਿਕ ਤੂੰ ਆਈਟੀ ਦਾ ਕੰਮ ਕਰੇਗਾ ਮੈਂ ਮਕੈਨਿਕ ਮੈਂ ਰਿਕਵੈਸਟ ਕਰਦਾ ਖਰਾਬ ਹੋ ਜਾਏਗਾ ਪਲੀਜ਼ ਇਹਨੂੰ ਛੱਡ ਦੋ ਯਾਰ ਦੇਖ ਤਾਂ ਸਹੀ ਮੈਂ ਕੀ ਕਰਦਾ ਕਿਉਂ ਟੈਨਸ਼ਨ ਲਈ ਜਾਂਦਾ ਨਾਲੇ ਨਵ ਮੈਂ ਕੋਈ ਖਰਬੂਜੇ ਨਹੀਂ ਵੇਚਦਾ ਮੈਂ ਵੀ ਮਕੈਨਿਕ ਆ ਯਾਰ ਉਹ ਤਾਂ ਠੀਕ ਹੈ ਯਾਰ ਪਰ ਇਹ ਬਹੁਤ ਕੰਪਲਿਕੇਟਿਡ ਸਰਕਟ ਆ ਆ ਦੇਖ ਆ ਸਰਕਟ ਨਿਕਲਿਆ ਹੋਇਆ ਤੇਰਾ ਓ ਯਾਰ ਮੈਨੂੰ ਆਉਂਦਾ ਕੰਮ ਓਏ ਆ ਦੇਖੋ ਰਾਹੂ ਕਾਲ ਚੱਲ ਰਿਹਾ ਹੈ ਮਰੋ ਕਿ ਤੂੰ ਪਰਾਂ ਕਰ ਯਾਰ ਸਿਰ 'ਚ ਮਾਰ ਆਪਣੇ ਰਾਹੂ ਕਾਲ ਨੂੰ ਓ ਮੇਰੇ ਓ ਤੂੰ ਬਹਿ ਜਾ ਯਾਰ ਪਿੱਛੇ ਜਾ ਕੇ ਓ ਭਾਈ ਯਾਰ ਰਹਿਣ ਦੇ ਨਾ ਪੰਗਾ ਨਾ ਖਰਾਬ ਹੋ ਜਾਣਾ ਦੇਖੋ ਕੁੱਤੇ ਦੀ ਬੋਸ ਕਰੋ ਇੱਕ ਤਾਂ ਰੌਲੇ ਦੀ ਬੜੀ ਪ੍ਰੋਬਲਮ ਹੈ ਇਹਨਾਂ ਨੂੰ ਮੈਂ ਆਪ ਹੀ ਜਾ ਕੇ ਦੇਖਦੀ ਹਾਂ ਦੁਖੀ ਕੀਤਾ ਹੋਇਆ ਇਹਨਾਂ ਨੇ ਪਜਾਮੇ 'ਚ ਰਹੀਦਾ ਹੁੰਦਾ ਲਾਂਬਾ ਜੀ ਬਾਈ ਤੈਨੂੰ ਸਰਕਟ ਦਾ ਤਾਂ ਪਤਾ ਨਹੀਂ ਕੁਛ ਨਾ ਕੁਛ ਖਰਾਬ ਪੱਕਾ ਕਰ ਦੇਗਾ ਤੂੰ ਮੈਨੂੰ ਕਿਉਂ ਨਹੀਂ ਪਤਾ ਸਾਰਾ ਪਤਾ ਯਾਰ ਮੈਨੂੰ ਕੀ ਗੱਲ ਕਰ ਰਹੇ ਹੋ ਤੁਸੀਂ ਉਹ ਮੈਂ ਤੁਹਾਨੂੰ ਕਹਿ ਰਿਹਾ ਮੇਰੀ ਗੱਲ ਮੰਨ ਜੋ ਮੰਨ ਜੋ ਮੈਂ ਤਾਂ ਵੀਰੇ ਸੋਚਦਾ ਸੀਗਾ ਬਈ ਸਰਪੰਚ ਸਾਹਿਬ ਸਾਨੂੰ ਕਿਸੇ ਫਾਰਮ ਹਾਊਸ 'ਚ ਠਹਿਰਾਉਣਗੇ ਇਹ ਤਾਂ ਪੋਲਟਰੀ ਫਾਰਮ ਤੋਂ ਵੀ ਮਾੜਾ ਹੈ ਤੁਹਾਡੇ ਮੁਫਤਖੋਰਾਂ ਲਈ ਤਾਂ ਠੀਕ ਹੀ ਹੈ
एटलीस्ट सरपंच साहब नु मेरा स्टैंडर्ड ते देखना चाहिदा सी। बल्ले तुम ही बेबी साडे वांगू गवाची फिरदी, तेरा भी नहीं पता कित्थों आई है। बाले मखौली है भाई, रोने तो रावण के वरी लगू। कुड़ा गुड्डा कुड़िया लस्सी लुसी लिया परौने लई। देखो जी बीजी, मैं पिंड वालिया दी ना एक गल बड़ी खास महसूस कीती है। ओ केड़ी? परौने बाद चढ़ के हलवाई पहला बिठा लेंदे है। ओ हां सच, थोनू तो भुख भी लगी हो। हां जी रौनक तो जदो लगो उदो लगो, इस वेले तो भुख लग रही है। बाबा तू टेकदा नहीं ना है, हमेशा भुख लगी रही तेनू। दो ही तो काम है बाबे नू, खाना ते फिर पखाना। अबी जी कोल्ड कॉफी मिल जाएगी? ओ हाँ ती है, जिन्ने मर्जी मेहंदी लगा तू। हाँ मेहंदी आ मेरे नाल, चल अंदर। वैसे गल है मैं तो ताई भी बड़ी मखौलन लगती है। रौनक बड़ी लगू। आज मन बड़ा दुखी होया मेरा। क्यों फिर कब्ज होगी? नहीं पर मैं जानदे सारी मोती साहब नाल मन की बात कर रही है। भाई सर जी थोड़ा स्वच्छ भारत अभियान हजारे पिंड तक तो पुजे ही नहीं, या तो इतने भी शौचालय बनवा दो या का बनवा दो, बैठ ही नहीं हुंदा। नहीं बंद है बंद है, गल करना बंद है थोड़ा। सरपंच साहब आ रेडियो तो थोड़ा बहुत पुराना है, गाने ये जो दूमी पुराने लगे हुए हैं। सेम मेरे दादे दे रेडियो वर्क है। रियली? हाँ मेरे को है सेम। बिल्कुल नवा गाउन है, चांदी राम चांदी ने गाया, बड़ा ही सुरीला गाउंदा है। सुने है कदे चांदी राम चांदी वर्क? पता नहीं मौजूद है। सुनो तो पंडित जी, इस बार 15 अगस्त को आप विश्व भर को क्या संदेश देना चाहेंगे? भारत देश एक विकसित और उभरते हुए देशों की गिनती में आ रहा है। 8 साल आजादी को हो चुके हैं और हमारा देश अब डेफिनेटली भारत की तरफ। सरपंच साहब पूरे संसार ये तुसी केड़ी पुरानी खबर लाई ने हैं जी, देश नु आजाद हुए तो 70 साल हो गए ने। बिल्कुल ताजियां खबरें जी, ते देश आजाद होए नु तो जे 5-7 साल ही होए। की ओहो सरपंच साहब की गल कर रहे हो? सरपंच साहब ये 2018 है और नरेंद्र मोदी देश दे प्रधानमंत्री है, पूरे पिंड च किसे नु नहीं पता यान पढ़ा दा पिंड। ओ केड़ा 18 केड़ा मोदी? ओ महाराज जेड़ा पहला आंदोलन करता हुंदा सीगा ते जिन्ना ने 500 ते 1000 ते नोट बंद करते। और मैं किन्ना लाइन च खड़े यार। सरपंच साहब इन्हां नु ना पलायो, ये तो मैं पहली टली लगते है। काका ये 1955 है, होश चाओ होश। अच्छा ये 55 है, 18 नहीं है ना। ओ की भाई यार, ये तो मतलब जो कुछ असि देख चुके हैं जा हो चुका सारा होना है। तुम्हारे मुताबिक ना 62-65 की कोई लड़ाई हुई है ना जे मैं जमया, इस हिसाब नाल 82 च जिहड़ियां एशियन गेमां होईयां दिल्ली दे प्रगति मैदान दे विच ओह वी नहीं होईयां, ना असि अजे 83 दे विच वर्ल्ड कप जित्तिया क्रिकेट दा। सरपंच साहब फिर तो थोड़े हिसाब नाल कटप्पा ने बाहुबली नु नहीं मारिया होएगा है ना। केड़ा कटप्पा केड़ा बाहुबली? ओए काका जे तू इसे तरह कमल कटाउंदा रहा ना पिंड वाले तेनु कटप्पा जरूर चाड़ देना। नव मेनू कुछ समझ नहीं लग रही, बस टैक्सी करो ते घर चलो। दैट्स इट, मैं कर मैं कर। सरपंच साहब मनिया के तुसी विरसा साम के रखे है इत्थे लगदा पिया होता, पर सरपंच साहब 1955 नहीं 2018 है। 1955 आ हमने खबरें सुनया तुसी? ओ खबरें मैं तो नहीं पढ़ रहा। अखबार देख सकदा? ओए आहो अज दिया ले। नहीं हो सकदा, इधर दिखा यार भाई फड़ा। ओ डेट नव की है दिच 10 अगस्त 1955। पता नहीं बनिया की है यार, मैं तो समझ नहीं आ रही। लांबा जी
ਜਿਹੜਾ ਸਵੇਰੇ ਟੱਲੀਆਂ ਲੈ ਕੇ ਬਹਿ ਜਾਂਦੇ ਹੋ ਵੀ ਰੱਬਾ ਤਰੱਕੀ ਦਈ ਅੱਗੇ ਵੱਲ ਨੂੰ ਲੈ ਕੇ ਜਾਈ, ਆ ਕਿਹੜਾ ਪੁੱਠਾ ਮੰਤਰ ਪੜਿਆ ਸੀ ਆਪਣੇ ਨਾਲ, ਸਾਡਾ ਵੀ ਬੈਕ ਗੇਅਰ ਲਵਾਤਾ ਜੇ। ਮੈਂ ਤੇਰੇ ਢਿੱਡ 'ਚ ਟਰਾਂਸਮੀਟਰ ਲਾਇਆ ਜਿਹੜਾ ਮੈਨੂੰ ਪਤਾ ਲੱਗੇ ਕਦੋਂ ਤੇਰੇ ਢਿੱਡ ਦੇ ਵਿੱਚ ਗੁੜੁਮ ਗੁੜੁਮ ਹੁੰਦੀ। ਕਿਆ ਕੀ ਲਾਇਆ? ਟਰਾਂਸਮੀਟਰ ਯਾਰ, ਟਰਾਂਸਮੀਟਰ। ਹਾਂ ਟਰਾਂਸਮੀਟਰ ਬਾਈ, ਮੇਰੀ ਮਸ਼ੀਨ ਬਾਈ, ਰੇਡੂਆ ਰੇਡੂਆ। ਆਪਾਂ ਉੱਥੇ ਖੜੇ ਸੀ ਉਹ ਮਸ਼ੀਨ ਦੇ ਉੱਤੇ। ਸੁਖੀ ਬਾਈ ਐਗਜੈਕਟਲੀ ਕੀ ਯਾਦ ਆਉਂਦਾ? ਮੇਰੇ ਧਿਆਨ 'ਚ ਕੁਛ ਇੱਦਾਂ ਦਾ ਆ ਰਿਹਾ ਕਿ ਉਹ ਮੈਂ ਜਿੱਦਾਂ ਕੋਈ ਤਾਰਾਂ ਤੂਰਾਂ ਜੋੜ ਰਿਹਾ, ਕੋਈ ਸਰਕਿਟ ਲੀਕ ਸੀਗਾ। ਹਾਂ ਲੀਕੇਜ ਸੀ ਸਮਥਿੰਗ। ਹਾਂ ਜੈਸਮੀਨ, ਹਾਂ ਕੀ ਦੇਖਿਆ ਸੀ? ਮੈਨੂੰ ਧੁੰਦਲਾ ਜਿਹਾ ਯਾਦ ਹੈ ਕਿ ਬਿਜਲੀ ਜੀ ਚਮਕੀ ਸੀ ਔਰ ਉਹ ਰੇਡੀਓ 'ਚ ਗਈ ਸੀ। ਹਾਂ ਬਾਬਾ, ਤਰੀਕ ਕਿੰਨੀ ਸੀ ਕੱਲ? ਤਰੀਕ ਤਾਂ ਕੱਲ ਕਾਫੀ ਸੀ ਮੇਰੇ ਹਿਸਾਬ ਨਾਲ। ਸੁਖੀ ਬਾਈ ਕਿੰਨੀ ਤਰੀਕ ਸੀ ਕੱਲ? 10। ਹਾਂ 10 ਯਾਰ, ਉਹ 10 10 ਤਾਂ ਸਹੀ, 10 ਅਗਸਤ ਸੀ ਕੱਲ। ਹਾਂ 10 ਅਗਸਤ, ਹਾਂ 10 ਅਗਸਤ ਤੇ 55। ਹਾਂ 10 ਅਗਸਤ 1955 ਫ੍ਰੀਕੁਐਂਸੀ 108 ਅਗਸਤ 1955 108.55 ਬਾਈ 108.55 ਮਤਲਬ 10 ਅਗਸਤ 1955। ਹਾਂ ਮਤਲਬ ਕਿ ਉਹ ਫ੍ਰੀਕੁਐਂਸੀ ਸਾਨੂੰ ਇੱਥੇ ਲੈ ਕੇ ਆਈ ਹੈ। ਇਹ ਕਿੱਦਾਂ ਹੋ ਸਕਦਾ? ਬਿਜਲੀ, ਵਾਇਰਿੰਗ ਚੇਂਜ, ਰੇਡੀਓ ਫ੍ਰੀਕੁਐਂਸੀ, ਰੇਡੀਓ ਫ੍ਰੀਕੁਐਂਸੀ, ਸਪੀਡ ਆਫ ਲਾਈਟ, ਵਾਇਰਿੰਗ, ਮਤਲਬ ਕਿ ਬਿਜਲੀ ਡਿੱਗਣ ਨਾਲ, ਬਿਜਲੀ ਡਿੱਗਣ ਨਾਲ ਵਰਮ ਹੋਲ ਵੱਡਾ ਹੋ ਗਿਆ, ਉਹਨੂੰ ਕੰਟਰੋਲ ਕੀਤਾ ਰੇਡੀਓ ਫ੍ਰੀਕੁਐਂਸੀ ਨੇ, ਜਿਹਦੇ ਨਾਲ ਇੱਕ ਬਲੈਕ ਹੋਲ ਬਣ ਗਿਆ ਜਿਹਦੇ ਵਿੱਚੋਂ ਅਸੀਂ ਇੱਥੇ ਪਹੁੰਚ ਗਏ, ਤਾਂ ਹੀ ਸਾਨੂੰ ਕੁਛ ਯਾਦ ਨਹੀਂ ਸੀ। ਮਤਲਬ ਸੁਖੀ ਬਾਈ ਆਹ ਪੁਆਇੰਟ ਇਹ 1955 2018 ਅਸੀਂ 2018 ਤੋਂ 1955 'ਚ ਪਹੁੰਚ ਗਏ ਹਾਂ, ਸਪੇਸ ਫੋਲਡ ਹੋ ਗਿਆ ਸੀ, ਅਸੀਂ ਜੰਪ ਕਰਕੇ ਪਹੁੰਚੇ ਇੱਥੇ ਬਾਈ, ਤਾਂ ਕਰਕੇ ਸਾਨੂੰ ਪਤਾ ਨਹੀਂ ਲੱਗਿਆ। ਸਿੰਪਲ ਥਿਊਰੀ, ਈਜ਼ ਇਕੁਅਲ ਟੂ MC ਸਕੁਅਰ, ਐਨਰਜੀ ਨੇ ਸਪੀਡ ਆਫ ਲਾਈਟ ਦੇ ਨਾਲ ਮਿਲ ਕੇ ਮਾਸ ਨੂੰ ਇੱਥੇ ਪਹੁੰਚਾਤਾ, ਔਰ ਉਹ ਸਭ ਹੋਇਆ ਉਸ ਰੇਡੂਆ ਕਰਕੇ। ਪਰ ਨਾ ਉਹ ਤਾਂ ਪਹਿਲਾਂ ਹੀ ਗਲਤੀ ਨਾਲ ਕਿਤੇ ਮਸ਼ੀਨ ਦੇ ਥਰੂ ਅਸੀਂ ਇੱਥੇ ਪਹੁੰਚ ਗਏ ਹਾਂ, ਅਸੀਂ ਕਿਹੜਾ ਬਣਾਈ ਸੀ ਉਹ? ਸੋ ਹੁਣ ਵਾਪਸ ਜਾਣ ਲਈ ਕਿੱਦਾਂ ਬਣੂ ਮਸ਼ੀਨ ਸਾਡੇ ਕੋਲੋਂ? ਸੁਖੀ ਬਾਈ ਤੁਸੀਂ ਰੋਟੀ ਖਾਣ ਚੱਲੋ, ਮੈਂ ਉੱਥੇ ਪਾਰਟਸ ਦੇਖ ਕੇ ਆਉਣਾ ਜਿੱਥੇ ਅਸੀਂ ਡਿੱਗੇ ਸੀ। ਚਲੋ ਆ ਜਾਓ। ਠੀਕ ਹੈ। ਮੇਰੀ ਤਾਂ ਡਾਇਟ ਚੱਲ ਰਹੀ ਸੀ, ਹੁਣ ਇੱਥੇ ਕੀ ਮਿਲੇਗਾ? ਲਾਂਬਾ ਸਾਹਿਬ ਤੁਹਾਡੇ ਹਿਸਾਬ ਨਾਲ ਬ੍ਰਾਊਨ ਬ੍ਰੈਡ ਮਿਲ ਜਾਊਗਾ? ਹਾਂ ਉਹ ਤਾਂ ਸ਼ੋਰ ਮਿਲ ਜਾਏਗਾ। ਬੁੱਢੋ ਵਾਲੀ ਵੀ ਪਤਾ ਕਰ ਲਿਓ ਵੀ ਪ੍ਰਾਹੁਣੇ ਆ ਕੇ ਰੋਟੀ ਲਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹਿ ਜਾਓ ਵੀ, ਬਹਿ ਜਾਓ। ਸਤਿ ਸ਼੍ਰੀ ਅਕਾਲ ਭੈਣੇ, ਬੀਬੀਆਂ ਲਈ ਰੋਟੀ ਅੰਦਰ ਹੈ, ਆਓ ਆਪਾਂ ਚੱਲੀਏ। ਬੀਬੀਆਂ ਲਈ? ਵਾਟ ਡੂ ਯੂ ਮੀਨ ਬਾਈ ਦਿਸ? ਮੰਨਿਆ ਬੈਕਵਰਡ ਨਹੀਂ ਇੰਨੇ ਜ਼ਿਆਦਾ, ਸਮਝਿਆ ਕਰੋ ਭੈਣਾ, ਅੰਦਰ ਹੀ ਖਾ ਰਹੀ ਹੈ ਨਾ ਤੁਸੀਂ? ਭੈਣੇ ਤੁਸੀਂ ਚੱਲੋ ਮੇਰੇ ਨਾਲ। ਹਾਂਜੀ ਵੀ ਅੰਦਰ ਜਾ ਕੇ ਖਾ ਲਓ, ਬਹਿ ਜਾਓ ਆਰਾਮ ਨਾਲ। ਹਾਂਜੀ ਹਾਂਜੀ ਲਾ ਲਓ। ਲਾਂਬਾ ਸਾਹਿਬ ਹੋਰ ਖਾ ਲੈਣਾ ਸੀ ਬੁੜਕਾ ਇੱਕ ਅੱਧਾ। ਇਹਨੂੰ ਕੀ ਹੋ ਗਿਆ? ਕਾਕਾ ਉਹ ਤੁਹਾਡੇ ਨਾਲ ਦਾ ਤੇਜਾ ਕਿੱਥੇ ਆ? ਉਹ ਖੇਤਾਂ 'ਚ ਗਿਆ ਹੈ ਜੀ, ਜਿੱਥੇ ਅਸੀਂ ਮਿਲੇ ਸੀ ਨਾ ਤੁਹਾਨੂੰ ਉੱਥੇ। ਨਹੀਂ ਨਹੀਂ ਦਰਅਸਲ ਉਹ ਤਾਂ ਹੀ ਰੋਟੀ ਖਾਣ ਨਹੀਂ ਆਇਆ, ਉਹਦਾ ਪੇਟ ਬਹੁਤ ਖਰਾਬ ਸੀ, ਉਹ ਫਿਰ ਉਹ ਖੇਤਾਂ ਨੂੰ ਚਲਾ ਗਿਆ ਫ੍ਰੀ ਹੋਣ। ਉਹਦਾ ਪੇਟ ਕੁਛ ਵੱਖਰਾ ਹੀ ਖਰਾਬ ਲੱਗਦਾ। ਵੈਸੇ ਜੀ ਆਇਆ ਆਇਆ
ज्यादा ही सोची पै गया लगता है। बस आई समान मिले भाई, बाकी तो सारा फुक गया है, पर इतना अपनी मशीन नहीं बनती। की करना पऊ आप फिर भाई? मैनू होर समान चाहिए, इहदे नाल किद्दां बनावा? इहदे नाल ते आपां नहीं पहुंचते 18 च। प्लीज जो भी करना है ना फटाफट करो, मेरी तो इत्थे रह के फिगर ही खराब होगी, नाले डस्ट किन्नी है इत्थे। मैडम जी चार क दिन इत्थे पट्ठे कुतरो, फिगर भी ठीक हो जाएगी, दिमाग भी ठीक हो जाएगा। एक्सक्यूज मी, होल्ड ऑन, व्हाट डू यू मीन बाय दिस? एक बार ना दिल्ली गल कराओ मेरी, अपने आप पता लग जाएगा तुहानू। हाथ जोड़े मैडम तुहाडे अगे, दिल्ली लालू प्रसाद यादव बैठा 1955 उत्थे वल्लभ भाई पटेल होने जान दे। ओ सुखी भाई बस करो यार, अपनिया ही बस आ मशीन ठीक करनी है। ओ करना की हुण अगों भी दस दे यार। जे आपां आए तां समान भी आया उन्हां नाल, चेक करो की तुहाडे कोल की आया तुहाडे नाल। यार उत्थों टैची लै के आए आपां, नाल की लैं। ओ सुखी भाई कुछ ना कुछ तो आया होएगा तुहाडे नाल, आ हैडफोनस ने, मोबाइल आ। मोबाइल तो मेरे कोल भी हैगा। मेरे को ये है पर ये मैनू जान तो भी ज्यादा प्यारा है, मेरा पिस्तौल। ये बड़ी मुश्किल नाल मैं मेले तो खरीदिया सी। खरीदिया नहीं, किसी बच्चे को खोया सी, साफ क्यों नहीं कहिंदा? ए चलेगी तर तो यार, इत्थे एंटीना बनाते काम आऊगी, इहदे तो जान छुट्टे घट्टो घट। हुण करना की पएगा ये दसो? चोरी करनी पैनी भाई। देखो भी देखो बच्चों, देखो आ देखो लाल किला है। ओए तू दाने होर लेके आ। देखो भी देखो आगरे दा ताज। बच्चों इधर आओ पुत्र, आ देखो पुत्र, देख 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 है, कमाल है कि नहीं? इधर ही बुला ला सारे नु। देखो पुत्र नजारा चंगा चंगा बेबे बस कर, आ जूंगा टाइम नाल ही आ जूंगा। ओ आहो लै आवांगा, एवें घबराई जानी है। ओ लोको ओ लुटिया गया, ओ लोको ओ लै गया लुट के। तानू क्या पिछा?
चुकी गई चोरों का पिंड बंतो मेरी लाइट भी चुकी गई मोटरसाइकिल मुक चले आई और मेरी सुनो गल मेनू पता की कहिंदा कहिंदा उन्नी तेरी उम्र नहीं होनी जिन्नी मेनू सरपंची करदे हो गया समा हां वेख्या जे हुण की हाल कराता ओ बोलदा क्यों नहीं तू दस ओ सही गल कहिंदा भरावो जोगा सियो मेरे ब्याह च नवा साइकिल आया सी अजे तां चा भी नहीं सी उतरिया चक्का चोरी हो गया वेख लो ओ जनानी आ तक नु नहीं बख्शिया ओ भैणे तू दस तेरे नाल की होया मैं तां नहाउण नहीं सी ओए हाय ओ वेख्या ते धीआ भैणा दा जीणा किन्ना औखा हो गया ओ बच्चिया तक नु नहीं बख्शिया पुत तू दस इहनां नु की होया आ बाजे दे मुंह वाले ने मेरे भरा दा साइकिल दा टायर चोरी कर लिया बस भराओ बस हुण बर्दाश्त तो बाहर हो गया मेरे कोल नहीं जे बर्दाश्त हुंदा सरपंच ने कुछ नहीं जे करना सारा इंतजाम सानू करना पैना सानू जिद्दां जिद्दां मैं तुहानू क्या ना उदां उदां ही करो इन्हां सारिआं नू रंगे हत्थीं फड़ना समझ गए ना ओ वाइट वाला कनेक्ट कीता इहदे नाल सारे कनेक्शन कीते ने सुखी भाई ये मशीन ठीक नहीं हुंदी ये नहीं बनदी आपां नहीं जा सकते 18 च ओ ना यार इदां ना कह तैनू पता मैं जाना ही जाना मैं अपने बच्चे तो बिना नहीं रह सकता किसी भी तरीके मैं 18 च जाना यार बस किद्दां बनावां आ देखो सारे दे सारे पार्ट सड़ गए ने इहदे कित्थों बनावां मैं उत्तों लाइट नहीं इत्थे ये पिंडां च लाइट नहीं आउंदी ओए बाबा ओए उधर ही मूंह करके सौ जा यार मिन्नत वाली गल है क्यों दिने तेरे ग्रह नहीं टिकन देंदे ते राती तेरे घराड़े नहीं सौण देंदे गल सुन सियाने बंदे हो यार मानो उड़े नव नु दुध फड़ाया ओनू तां बेचारे नु नींद नहीं आउणी फिर गाउण दा सद्दा देण वी जाणा है तू रहन दे तू ना दूध पी तेनू केड़े नींद आनी है मेरी तबीयत बहुत घबरा रही है मैनू दे दे दूध गैस नहीं बनो हट रही हाय ले फड़ा ओले ओले अंदर पले सारा दूध ये तो खांदे पींदे नू देख के जलदा है बाबा ओए हाथ जोड़े तेरे अगे मेरे अल मुंह करके सौ जी तेरे घराड़े बर्दाश्त कर लांगा आ जेड़ा गैस दा प्रोग्राम बनाया ये नहीं जरिया जाना मेरे कोलों चुप करके सौ जा बाबा केले कितने फिटे मु तेरा फिर,
ਹੁੰਦਾ ਯਾਰ ਬਾਬਾ ਜੀ ਹੈਗਾ ਸੀ ਕੱਟਰ ਸਾਨੂੰ ਕਿਉਂ ਨਹੀਂ ਦੱਸਿਆ ਮੈਂ ਕਦੇ ਮਿਹਨਤ ਕਰਨ ਵਾਲਿਆਂ ਨੂੰ ਰੋਕਦਾ ਨਹੀਂ ਹੁੰਦਾ ਸੁਖੀ ਭਾਈ ਪਾਕਿਸਤਾਨੀ ਰੇਂਜਰਸ ਹਾਂ 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 ਸਾਹਮਣੇ ਮੈਂ ਜਾਂਦਾ ਹੈ ਮੈਂ ਜਾਵਾਂ ਉੱਪਰ ਜਾ ਚੁੱਪ ਕਰਕੇ ਬਾਬਾ ਉਹ ਨਹੀਂ ਨਹੀਂ ਮੈਨੂੰ ਜਾਣ ਦਿਓ ਮੈਂ ਬਹੁਤ ਖਤਰਨਾਕ ਬੰਦਾ ਹੈ ਇਹ ਮਰੋਏਗਾ ਸੁਖੀ ਭਾਈ ਉਹ ਯਾਰ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਮੈਂ ਸਿੰਘਾਂ ਵਾਲਾ ਬੰਦਾ ਹੈ ਕਿ ਪੁੱਛ ਰਿਹਾ ਹਾਂ ਝੂਟਾ ਮੈਂ ਪਹਿਲਾ ਬੋਤਲ ਬੰਬ ਤੇਰੇ ਹੀ ਮਾਰਨਾ ਸਿਰ ਚ ਬਾਬਾ ਕਰਦਾ ਕੀ ਉਹ ਯਾਰ ਇਹਨੂੰ ਰੋਕੋ ਯਾਰ ਕਿੱਧਰ ਜਾਂਦਾ ਵੀ ਭਾਭੀ ਵੀ ਅਰੇ ਭੈਂਸ ਕਹਾਂ ਭਾਈ ਜਾਨ आजा फिर आज तो रच के दूध पियेंगे अरे साहब भी हैं उधर कोई बात नहीं आजा तू चलो फिर आजा आजा अरे बाबा पीछे आगे तेरा दूध छोड़ मरवाएंगा सारे नु आ गया छोटा वाह चल सुखी भाई चलिए चलो 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 किधर चलो पापा मैं नहीं जाना अगे लंगर लगा कोड़ियां दा प्रसाद मिलना ओए मैं कोड़ियां तो नहीं डरता कोड़ी की होली मैं नहीं डरता किसी खड़ जा ओ गल कल्ले नु जा लें तो सी रोक दिया फिर ओ गल सुन हेलो मैं बड़ा खतरनाक बंदा है ओ तू बाबा बाबा एक मिनट यार नु समझाओ ते पिछू फस जांगे आ मोबाइल ठीक है तन्नू दस्या ना जदों फस जी ते आ चला दी ते आ ले आ डूंडरिया दे विच फसाली समझ गया ना कर लेगा बाकी ख्याल रखिए मैं की ख्याल रखना है ये रखना मेरा ख्याल पर मैं जाना जरूर है सुखी भाई टोकरा टोकरा अब बाबे नु फड़ के बिठा यार अब बाबे दा ख्याल रख ओ यार मैं जाने मैं तो जाऊंगी दिख रहा है बंदा उल्लू बनाते हो नहीं नहीं क्या नाम है तुम्हारा इरफान पठान और तुम्हारा उस साहब नाल तो फिर मेरा यूसुफ पठान हाथ ऊपर करो हाथ ऊपर करो गोवा फड़ा है ना कैसे कर दें यार रखो इसे हाथ ऊपर करो खान चल यार मन्नी दी किसे दी जनाब बेवकूफ सर मुझे इल्म था कि मेरे सिवा तुम काम ही नहीं कर सकते ये क्या तमाशा लगा रखा है तुम लोगों ने बदतमीज शट अप उल्लू का पट्टा बोलना नहीं ये एक एक हर एक तंबू में रखो जी जनाब अभी खान जुनेद उठाओ इसे ओ खोते तू क्या करेगा ब्याह आया तू बंदूक पकड़ा इसको ले आ फड़ा दो असला सारा ही फड़ा दो यार असला पकड़ा दे, दे, दे इधर दे जल्दी करो बंदूक दे चल जल्दी चल काम ले जाओ हर एक तंबू में रखो एक एक वेरी गुड बदतमीज तो कितना आ गया बाबा बेवकूफ कहीं के इन्हें मरवा देना पार्टी की करना है तो मैं भून के रख दूंगा सबको उधर देखो बदतमीज उधर से आता है दुश्मन उधर देखो इधर आ उधर चेक करो इधर आ ये कैसी ड्रेस पहनी हुई है तूने उल्लू का पट्टा बटन क्यों नहीं बंद किए जनाब जनाब मैं कोर्ट मार्शल कर दूंगा सबका हां जनाब समझ के रखा है तुम लोगों ने जनाब ठंडे जनाब जनाब के बच्चे आपको सुसु आया पता है आपको ठंडे पता है आपको कुछ आपको सुसु कितना तेज आया बहुत तेज आने वाला है हां पकड़ो इन काफिरों को ओए भाई पकड़ो इन काफिरों को जो हिंदुस्तानी है पकड़ो 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 इन काफिरों को जो हिंदुस्तानी है पकड़ो ओए 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 पकड़ो इन्हें मैंने तो यहाँ लेके आया है जी मैं नहीं आया हेलो अरे तो बकरिया चल रहा है अरे कौन है जी अबे हेलो पकड़ो इन काफिरों को अब जा मेरे को नीचे इधर आओ
अरे क्या है? ये अब ये रॉकेट लॉन्चर है शायद। जा। एक ही हो गया। हाँ? चमत्कार हो गया। हाँ। जय माता दी, जय माता। याद आ गया। की याद आ गया? ओ मैंने याद आ गया। वो तो मैं बढ़ा चुके हैं फार्मूला। केमिकल? हाँ। याद आ गया? केमिकल याद आ गया? ओ चल 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 चल। पादे पादे जल्दी पादे। ओ जल्दी कर यार। बदल बड़े हुए ना उसने। बिजली डिग रही है जल्दी। बाबा कर ला यार तेल भी काट। यार फिक्र ना करो। आज मैं मुखोटा पाया है ना तो सारे कम हिट हो जाएंगे। इस बार चले चाहिए फिर। ओए बाबा बस कर। बाबा बस बस बाबा बस। सिटी पुल जाएंगे। सिटी पुल जाएंगे। चंडीगढ़ का कमर है। बाकी शहर तो सारा ही बदल गया है। ओ माय गॉड। अरे देखो तुसी अपने शहर नु देख के हैरान क्यों हो रहे हो? हैरान ही नहीं असी तो परेशान भी हो रहे हैं। शहर तो साडा ही है पर आए असी भी इत्थे पहली बार ही हैं। असी किथे सी? हाँ 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 शाह जी। हाँ जी शाह जी बोलो। कुछ तो बोलो शाह जी कुछ तो बोलो। इन्हें की बोलना जज साहब कराड़े मार मार मेरा जीना हराम कीता पिया। हुण तां मैनूं ए नहीं पता कि चैन दी नींदर मैं कदों सुती सी। कन्नां च रूप आया पट्टियां बनियां सब फेल हो गया। इन्नी उच्ची आवाज आंदी जज साहब मेरे घर च तां डंगर भी सौ नहीं पाउंदे। हर हद पार हो गई। मेरा इस तों पिछा छुड़ा जज साहब। थोड़ी भी कोई प्रॉब्लम सी? हुण बोल। बोलदा क्यों नहीं? तू बोलन जोगा छड्या ही नहीं मोटो। तेरियां करतूतां करके कचहरियां जा गए। जज साहब मेरी प्रॉब्लम एदी प्रॉब्लम नालों ज्यादा वड्डी आ। मैं तुहानूं दस्सदा जज साहब ए सारी सारी रात गैस छड़दी आ। जज साहब मैं हजारां दे इत्र बैड ते छड़काउंदा आ ते एदी टके दी छड्डी गैस मेरे हजारां दे छड़काए इत्रां ते भारी पै जांदी आ। मैं क्या जज साहब मेरी बेनती आ जे इहने गैस ही छड्डणी आ ते LPG छड्ड बंदा दो चार सिलेंडर ही भरा लैंदा। जज साहब ऑर्डर 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 ऑर्डर। जज साहब मैं तुहानूं की दसां मैनूं तां सुत्ते नूं इदां फील होण डिया हुंदा जिवें मैं घर च नहीं सुत्ता किसे गटर च सुत्ता पिया हुंदा। हुण इहदे च कौण बढ़ गया? मर्दानगी बढ़ गई जी। मतलब पहला ये जनाना सी? काका एथे कामे वकीलां दी तरह काम करो नहीं तां कोर्ट चो कड्डे वकीलां दी लिस्ट विच नाम वाड़ देंगा। जा साहब मैं तां बस थोड़ा रंग जमाउण दी कोशिश कर रहा सीगा जी। बल्ले 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 शाबाशी कलाकार साहब। अखाड़ा लग्या एथे ते दर्शक बैठे हैं है ना? नहीं नहीं सर ओ गल इदां वी मैं कोर्ट दा वातावरण शुद्ध करन दी कोशिश कर रहा जी। वाह बहुत वधिया वातावरण शुद्ध कीता है तुसी। पर जे दोबारा इदां दी कोशिश कीती तां मैं तेरी जिंदगी दे विच प्रदूषण भर दांगा। समझे? व्हाट इज द एक्चुअल प्रॉब्लम? आई वांट टू हियर दिस फ्रॉम हॉर्सेस माउथ। हाँ थोड़ी वाइफ कित्थे है? उन्होंने बुलाओ। उन्हां दी फाइल कित्थे है? सर राइट हैंड सर। इत्थे तां है नहीं। सज्जे पई है सर। राइट च तां है नहीं। सर मेरे सज्जे हाथ तुहाडे खब्बे हाथ जी। ओ यार तैनूं कॉमन सेंस है कि नहीं? तैनूं मेरे पासों बोलना चाहिदा सीगा। यू आल्सो डोंट मिस गाइड द कोर्ट। एवें खामखा गुंजन कौर। हाँ?
ਤੁਸੀਂ ਤਾਂ ਬਹੁਤ ਖੂਬਸੂਰਤ ਹੋ। ਕੰਪਲੀਮੈਂਟ ਹੈ। ਤੁਹਾਨੂੰ ਦੇਖਣ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਰਣਬੀਰ ਦੀ ਗੱਲ ਬਿਲਕੁਲ ਸਹੀ ਹੈ। ਤੁਹਾਨੂੰ ਅਚਾਰ ਨਹੀਂ ਬਣਾਉਣਾ ਚਾਹੀਦਾ। ਮੇਰੀ ਘਰ ਵਾਲੀ ਦੀ ਗੱਲ ਹੋਰ ਹੈ। ਤੁਹਾਡੀ ਪ੍ਰੋਬਲਮ ਕੀ ਹੈ? ਬੋਲੋ, ਡਰੋ ਨਹੀਂ, ਖੁੱਲ ਕੇ ਬੋਲੋ। ਦੇਖੋ, ਅਸੀਂ ਇੱਥੇ ਫੈਸਲਾ ਕਰਨ ਲਈ ਬੈਠੇ, ਕਾਨੂੰਨ ਸਭ ਤੋਂ ਉੱਪਰ ਹੈ। ਬੋਲੋ ਬੋਲੋ ਪਲੀਜ਼। ਦੌਲਤ ਸਿੰਘ ਇੱਥੇ ਤੁਹਾਨੂੰ ਪੂਰਾ ਇਨਸਾਫ ਦਵਾਏਗਾ, ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਬੋਲੋ। ਦੇਖੋ ਗੁੰਜਨ ਜੀ, ਜੇ ਤੁਸੀਂ ਨਹੀਂ ਬੋਲੋਗੇ ਤਾਂ ਮਾਮਲਾ ਕਿਵੇਂ ਨਿਬੜੇਗਾ? ਦੱਸੋ, ਤੁਹਾਨੂੰ ਬੋਲਣਾ ਪਏਗਾ। ਆਪਣੀ ਭਾਵਨਾਵਾਂ ਨੂੰ ਬਾਹਰ ਲੈ ਕੇ ਆਓ, ਆਪਣੀ ਅੰਦਰੂਨੀ ਸੋਚ ਨੂੰ ਬਾਹਰ ਕੱਢੋ। ਡਰੋ ਨਹੀਂ, ਖੁੱਲ੍ਹ ਕੇ ਬੋਲੋ। ਉਹ ਪਲੀਜ਼ ਬੋਲੋ ਨਾ। ਸਪੀਕ ਸਪੀਕ। ਐਕਸਕਿਊਜ਼ ਮੀ ਸਰ। ਹਾਂ, ਮੇਰੀ ਕਲਾਇੰਟ ਇਸ ਵਕਤ ਕੁਝ ਡਰੀ ਤੇ ਸਹਿਮੀ ਹੋਈ ਹੈ ਸਰ। ਉਹ ਕੋਮਾ ਚਾਹੁੰਦਾ ਨਾ ਜਿਵੇਂ ਸਰ, ਆਦਮੀ ਹੌਲੀ ਹੌਲੀ ਸਮਝ ਲਓ, ਉਸੇ ਤਰ੍ਹਾਂ ਦੀ ਹਾਲਤ ਹੈ ਸਰ ਇਹਦੀ। ਜੇ ਤੁਸੀਂ ਇਸ ਤਰ੍ਹਾਂ ਡਰਾਓਗੇ ਤਾਂ ਸਰ ਇਹਨੇ ਤਾਂ ਪਹੁੰਚ ਜਾਣਾ ਫਿਰ। ਸਰ ਮੇਰੇ ਤੋਂ ਫੁੱਲਾਂ 'ਚ ਕੋਮਲ ਕੁੜੀ ਕਟਹਿਰੇ ਦੇ ਵਿੱਚ ਖੜੀ ਦੇਖੀ ਨਹੀਂ ਜਾ ਰਹੀ ਸਰ। ਫਿਰ ਅਗਲੀ ਵਾਰੀ ਕੋਰਟ ਸਰਕਸ 'ਚ ਨਾ ਲਾ ਲਈਏ। ਆਰਡਰ ਆਰਡਰ, ਜੱਜ ਮੈਂ ਕਿ ਤੁਸੀਂ? ਕੁੜੀ ਡਰੀ ਹੋਈ ਹੈ, ਮੈਂ ਇਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਮੈਨੂੰ ਪਰੇਸ਼ਾਨ ਕਰ ਰਹੇ ਹੋ, ਮਿਸਗਾਈਡ ਕਰ ਰਹੇ ਹੋ, ਮੈਨੂੰ ਭਟਕਾ ਰਹੇ ਹੋ। ਹੁਣ ਇੱਕ ਲਫ਼ਜ਼ ਨਾ ਬੋਲਿਓ, ਸੁਣਿਆ ਤੁਸੀਂ? ਇੱਕ ਵੀ ਲਫ਼ਜ਼, ਇਹ ਹੱਥ ਵੀ ਨਹੀਂ ਹਿਲਾਣੇ। ਮੈਂ ਇੱਥੇ ਦਾ ਹੈੱਡ ਹਾਂ, ਘਬਰਾਓ ਨਾ, ਮੇਰੇ ਹੁੰਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ। ਕੌਣ ਡਰਾ ਰਿਹਾ ਤੁਹਾਨੂੰ, ਇਹ ਜਾਂ ਉਹ? ਦੱਸੋ ਮੈਨੂੰ। ਦੇਖੋ ਗੁੰਜਨ ਜੀ, ਜਦੋਂ ਤੱਕ ਤੁਸੀਂ ਨਹੀਂ ਬੋਲੋਗੇ ਮੈਂ ਕਿਸੇ ਨੂੰ ਜਾਣ ਨਹੀਂ ਦਾਂਗਾ, ਨਾ ਇਹ ਐਡਵੋਕੇਟ ਜਾਣਗੇ ਨਾ ਮੈਂ ਜਾਵਾਂਗਾ। ਸਾਰਾ ਕੋਰਟ ਇੱਥੇ ਹੀ ਬੈਠਾ ਰਹੇਗਾ ਅੱਜ, ਤੁਹਾਨੂੰ ਬੋਲਣਾ ਪਏਗਾ। ਬੋਲੋ, ਉਹ ਬੋਲੋ, ਹੁਣ ਕੁਛ ਤਾਂ ਬੋਲੋ। ਦੱਸੋ ਤੁਹਾਡੇ ਨਾਲ ਕੀ ਜ਼ੁਲਮ ਹੋਇਆ? ਓਹੋ, ਬੋਲੋ ਹੁਣ ਕੁਛ ਤਾਂ ਬੋਲੋ। ਮੰਡੇ ਦੀ ਮੀਟਿੰਗ ਰੱਖ ਲੈਂਦੇ, ਠੀਕ ਹੈ ਨਾ? ਔਰ ਰੁਕ ਜਾ, ਰੁਕ ਜਾਂਗੀ ਤਾਂ ਠੰਡੀ ਹੋ ਜਾਏਗੀ। ਕੋਈ ਨੀ ਕੋਈ ਨੀ, ਕਿਉਂ ਨੀ, ਦੁਬਾਰਾ ਤਾਂ ਮੈਨੂੰ ਗਰਮ ਕਰਨੀ ਪਏਗੀ। ਫਿਰ ਕਰ ਲਈ। ਲੋ ਜੀ, ਕਰ ਲਈ, ਫਿਰ ਕਹੋਗੇ ਜਾ ਕਾਲੀ ਹੋ ਗਈ, ਜਾ ਬਈ ਹੋ ਗਈ, ਤੈਨੂੰ ਬਣਾਣੀ ਨਹੀਂ ਆਉਂਦੀ, ਤੇਰੀ ਮਾਂ ਨੇ ਸਿਖਾਇਆ ਕਿ ਕਿੱਥੇ ਮੇਰੇ ਖਾਨਦਾਨ ਤੱਕ ਜਾਓਗੇ। ਹਾਂ, ਲੋਕ ਭਲਾਈ ਦੇ ਚੱਕਰਾਂ 'ਚ ਆਪਣੀ ਤੀਵੀ ਨੂੰ ਇੰਨਾ ਟੌਰਚਰ ਕਰਦੇ ਹੋ। ਚੁੱਪ ਕਰ, ਚੁੱਪ ਕਰ। ਚਬਲ ਜਨਾਨੀ, ਜੇ ਇੱਕ ਲਫ਼ਜ਼ ਵੀ ਹੋਰ ਬੋਲੀ ਤਾਂ ਡਾਈਵੋਰਸ ਦੇ ਦਾਂਗਾ, ਤੈਨੂੰ ਕੋਰਟ ਵੀ ਨਹੀਂ ਜਾਣਾ ਪਏਗਾ, ਆਪੇ ਸਾਈਨ ਕਰਕੇ ਪਾਸ ਕਰ ਦਾਂਗਾ, ਫਿਰ ਸੜਕ ਤੇ ਖੜੀ ਹੋ ਕੇ ਵੇਚਦੀ ਫਿਰੀ ਚਾਹ। ਚਾਹ ਲੈ ਲਓ ਜੀ, ਚਾਹ। ਦੱਸੋ ਸਰ, ਸਹੀ ਕਹਿ ਰਿਹਾ ਕਿ ਮੈਂ ਨਹੀਂ? ਥੋੜੀ ਤਾਂ ਸੋਚ ਕੇ ਇਹ ਹਾਲਤ ਹੋ ਗਈ, ਮੈਂ ਰੋਸ ਹੈ ਨਾ ਇਹਨੂੰ। ਘੰਟੀ ਵੱਜ ਗਈ, ਘੰਟੀ। ਮੈਂ ਗਿਣ ਲਾਂਗਾ ਆਪੇ, ਤੁਸੀਂ ਕਾਹਨੂੰ ਖੇਚਲ ਕਰਦੇ? ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ। ਆ ਤੁਹਾਡੇ ਕੋਲ, ਥੈਂਕ ਯੂ। ਨਾਲ ਗੱਲ ਸੁਣ ਜੀ, ਕੁੱਕੂ ਨੂੰ ਲਾਈਨ ਤੇ ਲੈ ਕੇ ਆ। ਗੱਲ ਹੀ ਕੋਈ ਨੀ ਸਰਦਾਰ ਸਾਹਿਬ, ਗੱਲ ਹੀ ਕੋਈ ਨੀ। ਪੂਰੇ 1000 ਕਮੀਣੇ ਮਰੇ ਸੀਗੇ ਤਾਂ ਇਹ ਉਜਾਗਰ ਜੰਮਿਆ ਸੀਗਾ। ਚੰਗਾ ਫਿਰ, ਸਤਿ ਸ੍ਰੀ ਅਕਾਲ ਐਂਡ ਕਾਪੀ ਟੂ ਆਲ। ਕਾਕਾ ਜੀ, ਮੈਂ ਇਸ ਇਲਾਕੇ ਦਾ ਥਾਣੇਦਾਰ ਹਾਂ, ਸਾਨੂੰ ਪੂਰੀ ਖਬਰ ਹੁੰਦੀ ਹੈ।
गल इस तरह है सरदार कमलजीत सिंह उर्फ कुकू जी कि सवेरे सवेरे अपना दिमाग होंदा है ठंडा ते उस तो बाद मुलजमां नाल डील करदियां करदियां दिमाग नूं बुखार चा चढ़ जांदा है। गल इस तरह है छोटे वीर कि तू जिद्दी बहुत है। जिद्दी तो मैं हैगा जी। ओ सरदार हरनाम सिंह बहुत बड़ा कुत्ते दा पुत्र है जी। थोड़े इलाके सारा गांधी उन्हें पाया पे इलेक्शन च बूथ कैप्चरिंग किसी की जमीन के उत्ते कब्जा नशे भी सारे वह बेचता जी इलाके दे विच उन्हूं नत्थ पाओ। मैं तो कहना मैं उही समझाने वास्ते तैनू बुलाया सीगा कि उन्होंने तेरे खिलाफ रिपोर्ट लिखाई है। जे मैं चाहा तो तैनू अंदर कर सकता है पर नहीं। दरअसल तू बंदा बड़ा चंगा है इसलिए तू जिद छड़ दे ते अपनी जमीन बेच दे। धर्म संकट च पाता जी। दसो तुसी कही जाने जमीन बेच दे ता आई जी साहब कही जाते कि आप व्याह दे टेंट ही उस जमीन च लाने हुण मैं किहदी मन्ना जी। आई जी साहब किहदे व्याह दे टेंट थोनू नहीं पता? ले आई जी साहब की भतीजी की मंगनी हुई है ना जी मेरे नाल। राम कपाल इतने खड़ा खड़ा मेरा मूंह की देखी जाता है जा गोपाल तो पाइया बर्फी इतने जलेबियां लेके आ। एक मिनट ओ गोपाल मैं लगता पाइया बर्फी देंदा नहीं जी। हाँ जी हाफ के जी करा ली। गल इस तरह छोटे वीर के जो ही मैनू पता लगया कि हरनाम दे बंदे थोड़े कोल गए मैं एकदम एक्शन लिया। आई मां छोटे वीर मैं चाहता है कि मेरी बदली मंडी गोबिंदगढ़ की हो जाए। तेनों तो पता ही है ना कि उत्थे लोहे दे वड्डे वड्डे व्यापारी है ते अपनी गुड़ी दा व्याह भी करना है ना। गुड़ी दा व्याह किसे लोहे दे व्यापारी नाल करना जी? नहीं लोहे दे व्यापारी कुछ करनगे ताही तो गुड़ी दा व्याह हो। ओ मैं समझ गया जी। ये तो कोई मसला नहीं करा देने अदला बदली जी उत्थों किसी की अदला थोड़ी इधरों बदली। मेरी तो समझ नहीं आ रहा सरदार जी खावा तो किवें खावा मेरा तो जी मची जा रहा। मैं लगता है कुकू वाला केस मेरे बस का है नहीं। क्यों वो साला तेरे जॉब से लग के आ गया? उस तो भी वह तरक्की कर गया सरदार साहब। आईजी साहब का जवाई सारे महकमे का जवाई होंगे। मैं तो छोटा जा थानेदार है दसो मैं की करा। मैं लगता है दिमाग हिल गया भाई जी। वो जे कुकू का रिश्ता कितने होया होंगे तो मेरी वाइफ को पहला पता होना सी क्योंकि कुकू की भैन मेरे वाइफ के स्कूल काम करती है। असल च मंगना था कुकू की भैन का होने वाला मूर किसी थान का। देख लो सरदार जी सरकारी मुलाजम मूर्ख कहने का मतलब होंगे सारी सरकार मूर्ख कहना। अच्छा ऐ तो कल कोई तेन आके कह दूगा मैं तेरे उपर SSP लग गया फिर मन लेगा? एवं किमें आके कह दू? आप तफतीश करा पहला। मैं कुकू की तफतीश की थी? नहीं वो तो नहीं की। फिर जाके हूँ कर गल खत्म हुई। मेरी 25 साल की नौकरी च पहली दफा मैं तो कोई खा पी के गया ते अदर मेरी भूख मर गई। कि हुण तैनू पता लग गया तैनू खुआ पिया कि सानू किवें लगदा? सवेर दा सज्जी तली च खुरक हो रही सी नुकसान तो होना ही सी